ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਸੀਂ ਬਗਾਵਤ ਦੀ ਕਰਾਂਗੇ ਇਹ ਬਗਾਵਤ ਸ਼ਬਦ ਇਸ ਤਰੀਕੇ ਦਾ ਹੈ ਜਿਸ ਨੂੰ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਖਾਸ ਤੌਰ ਤੇ ਪੋਲਿਟੀਕਲ ਪਾਰਟੀਆਂ ਦੇ ਨਾਲ ਜੁੜੀ ਹੋਈ ਜਦੋਂ ਗੱਲ ਹੁੰਦੀ ਹੈ ਅੱਛਾ ਬਗਾਵਤ ਕਿਸੇ ਪਾਰਟੀ ਦੇ ਵਿੱਚ ਹੋਈ ਹੋਵੇ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਜਦੋਂ ਇੱਕ ਵੱਡਾ ਧੜਾ ਜਾ ਕੇ ਪਾਰਟੀ ਦੇ ਖਿਲਾਫ ਖੜਾ ਹੋ ਜਾਵੇ ਜਾਂ ਪਾਰਟੀ ਦੀ ਟੌਪ ਲੀਡਰਸ਼ਿਪ ਦੇ ਖਿਲਾਫ ਖੜਾ ਹੋ ਜਾਵੇ ਤਾਂ ਫਿਰ ਇੱਕ ਵੱਡੀ ਬਗਾਵਤ ਲਾਜ਼ਮੀ ਤੌਰ ਤੇ ਕਹੀ ਜਾ ਸਕਦੀ ਹੈ ਮੈਂ ਪੰਜਾਬ ਦੇ ਵਿੱਚ ਅੱਜ ਕਿਉਂ ਜ਼ਿਕਰ ਅਸੀਂ ਕਰ ਰਹੇ ਹਾਂ ਤੁਸੀਂ ਸਮਝਦੇ ਹੋ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਬਾਗੀ ਸੁਰ ਜੋ ਪਿਛਲੇ ਕੁਝ ਸਮੇਂ ਦੇ ਵਿੱਚ ਦਬੀ ਜ਼ੁਬਾਨ ਦੇ ਵਿੱਚ ਕੁਝ ਆਗੂਆਂ ਦੀ ਜ਼ੁਬਾਨ ਤੇ ਨਜ਼ਰ ਆ ਰਹੇ ਸੀ ਉਹ ਹੁਣ ਭਾਂਬੜ ਬਣ ਚੁੱਕੇ ਨੇ ਭਾਂਬੜ ਵੀ ਅਜਿਹੇ ਕਿ ਟੌਪ ਦੇ ਲੀਡਰ ਜਿਹੜੇ ਪਹਿਲੀ ਕਤਾਰ ਦੇ ਵਿੱਚ ਸੁਬੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਕਦੇ ਪ੍ਰੈਸ ਕਾਨਫਰੰਸਾਂ ਜਾਂ ਫਿਰ ਪਾਰਟੀ ਦੇ ਡਿਸੀਜਨ ਲੈਂਦੇ ਸੀ ਉਹ ਅੱਜ ਸੁਬੀਰ ਸਿੰਘ ਬਾਦਲ ਦੇ ਬਿਲਕੁਲ ਸਾਹਮਣੇ ਖੜੇ ਨੇ ਵਿਰੋਧ ਦੇ ਵਿੱਚ ਬਗਾਵਤ ਜਾਂ ਬਾਗੀ ਧੜੇ ਦੇ ਰੂਪ ਦੇ ਵਿੱਚ ਇਹਨਾਂ ਲੀਡਰਾਂ ਦੇ ਵਿੱਚ ਪ੍ਰਿੰਸ ਸਿੰਘ ਚੰਦ ਮਾਜਰਾ ਵੀ ਨੇ ਸਿਕੰਦਰ ਸਿੰਘ ਮਲੂਕਾ ਵੀ ਨੇ ਢੀਂਡਾ ਪਰਿਵਾਰ ਵੀ ਹੈ ਟੌੜਾ ਪਰਿਵਾਰ ਵੀ ਹੈ ਇਹਨਾਂ ਦੇ ਵਿੱਚ ਹੋਰ ਕਈ ਵੱਡੇ ਆਗੂ ਵੀ ਸ਼ਾਮਿਲ ਨੇ ਹਾਲਾਂਕਿ ਸੁਬੀਰ ਬਾਦਲ ਦੇ ਵਾਲੇ ਪਾਸੇ ਉਹਨਾਂ ਦੇ ਨਾਲ ਵਾਲੇ ਧੜੇ ਦਾ ਅਸੀਂ ਜ਼ਿਕਰ ਕਰੀਏ ਤਾਂ ਉੱਥੇ ਵੀ ਇੱਕ ਲੰਬੀ ਕਤਾਰ ਜ਼ਰੂਰ ਆਗੂਆਂ ਦੀ ਹੈਗੀ ਹੈ ਜਿਨ੍ਹਾਂ 'ਚ ਭੁੰਦਰ ਸਾਹਿਬ ਚੀਮਾ ਤੇ ਮਹੇਸ਼ ਚੰਦਰ ਗਰੇਵਾਲ ਹੋਰ ਬਹੁਤ ਸਾਰੇ ਆਗੂ ਅੱਜ ਚਰਚਾ ਸੀ ਅਕਾਲੀ ਦਲ ਦੇ ਉੱਤੇ ਕਰਾਂਗੇ ਹੁਣ ਸਵਾਲ ਇਹ ਉੱਠਦਾ ਹੈ ਕਿਉਂਕਿ ਸੁਬੀਰ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਇੱਕ ਤਰੀਕੇ ਨਾਲ ਬੀਜੇਪੀ ਦੇ ਵੱਲੋਂ ਇਹ ਪੂਰੀ ਸਾਜ਼ਿਸ਼ ਘੜੀ ਜਾ ਰਹੀ ਹੈ ਤਾਂ ਕਿ ਇਸ ਪੂਰੀ ਬਗਾਵਤ ਦੇ ਪਿੱਛੇ ਦੀ ਜਿਹੜੀ ਸਕ੍ਰਿਪਟ ਹੈ ਉਹ ਕੋਈ ਹੋਰ ਲਿਖ ਰਿਹਾ ਹੈ ਕਿ ਵਾਕਈ ਸੁਬੀਰ ਸਿੰਘ ਬਾਦਲ ਦੀ ਜਿਹੜੀ ਗੱਲ ਹੈ ਇਹ ਇਲਜ਼ਾਮ ਹੈ ਉਸ 'ਤੇ ਦਮ ਹੈ ਦੂਜਾ ਪੁਆਇੰਟ ਇਹ ਹੈ ਕਿ ਵਾਕਈ ਜਿਹੜੀ ਚੋਣਾਂ 'ਚ ਹਾਰ ਹੋਈ ਉਹ ਚਾਹੇ 2017 'ਚ ਹੋਈ ਹੋਵੇ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ 2022 ਵਿਧਾਨ ਸਭਾ ਦੀ ਗੱਲ ਕਰੀਏ ਜਾਂ ਹਾਲੀ ਦੇ ਵਿੱਚ ਕੰਕਲੂਡ ਹੋਈਆਂ 2024 ਲੋਕ ਸਭਾ ਦੀ ਗੱਲ ਕਰੀਏ ਕੀ ਪ੍ਰਧਾਨਗੀ ਦੀ ਵਜ੍ਹਾ ਦੇ ਨਾਲ ਹਾਰ ਹੋ ਗਈ ਕਿ ਸੁਖਬੀਰ ਬਾਦਲ ਪ੍ਰਧਾਨ ਨਾ ਹੁੰਦੇ ਤਾਂ ਕਿ ਅਕਾਲੀ ਦਲ ਇੱਕ ਬੈਟਰ ਪੋਜੀਸ਼ਨ ਦੇ ਵਿੱਚ ਪੰਜਾਬ 'ਚ ਹੁੰਦਾ ਇਹ ਇੱਕ ਪੁਆਇੰਟ ਹੈ ਤੇ ਦੂਜਾ ਪੁਆਇੰਟ ਇਹ ਹੈ ਕਿ ਜਦੋਂ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਹੀ ਪ੍ਰਧਾਨਗੀ ਬਰਕਰਾਰ ਰਹਿੰਦੀ ਹੈ ਆਮ ਤੌਰ ਤੇ ਜਦੋਂ ਪਾਰਟੀਆਂ ਚੋਣਾਂ ਹਾਰਦੀਆਂ ਨੇ ਇੱਕ ਵੱਡੇ ਮਾਰਜਿਨ ਦੇ ਨਾਲ ਹਾਰ ਜਾਣ ਤਾਂ ਫਿਰ ਪ੍ਰਧਾਨ ਸਾਈਡ ਹੋ ਜਾਂਦੇ ਅੱਜ ਖੇਤਰੀ ਪਾਰਟੀਆਂ ਦੇ ਵਿੱਚ ਕੁਝ ਵੱਖਰੀ ਤਸਵੀਰ ਹਮੇਸ਼ਾ ਤੋਂ ਨਜ਼ਰ ਆਈ ਹੈ ਅੱਜ ਅਸੀਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਪਹਿਲਾਂ ਇੱਕ ਰਿਪੋਰਟ ਦੇ ਜ਼ਰੀਏ ਤੁਹਾਨੂੰ ਸਮਝਾਣੇ ਆ ਕਿ ਕੀ ਕੁਝ ਪੂਰਾ ਚੰਡੀਗੜ੍ਹ ਤੋਂ ਲੈ ਕੇ ਜਲੰਧਰ ਤੱਕ ਘਟਨਾਕ੍ਰਮ ਹੋਇਆ ਹੈ ਤੇ ਫਿਰ ਗੱਲ ਕਰਾਂਗੇ ਫਾਦਲ ਖਿਲਾਫ ਬਗਾਵਤ ਅਕਾਲੀ ਦਲ ਦੀ ਪਾਰਟੀ ਦਾ ਜਵਾਬ ਹੈ ਕਿ ਹੁਣ ਆਪ ਹੀ ਬਦਲਣ ਤੋਂ ਸੋਚਣਾ ਚਾਹੀਦਾ ਹੈ ਪਰੇ ਬੇ ਰੋਕੇ ਨਹੀਂ ਦੇਦਾ ਆਪ ਸੇਵਾਦਾਰ ਪਾਰਟੀ ਦਾ ਹੈ ਇਹ ਸਾਰੀਆਂ ਪਾਰਟੀਆਂ 99% ਪ੍ਰਧਾਨ ਦੇ ਨਾਲ ਚੋਣਾਂ ਦੇ ਵਿੱਚ ਮਿਲ ਰਹੀ ਲਗਾਤਾਰ ਹਾਰ ਦਾ ਸੇਖ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਤੱਕ ਵੀ ਪਹੁੰਚ ਰਿਹਾ ਹੈ ਲੋਕ ਸਭਾ ਦੀਆਂ 13 ਦੇ ਵਿੱਚੋਂ 10 ਸੀਟਾਂ ਦੇ ਉੱਤੇ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਜਿੱਥੇ ਅਕਾਲੀ ਦਲ ਮੰਥਨ 'ਚ ਲੱਗਿਆ ਤੌਥੀ ਅੰਦਰਖਾਤੇ ਪਾਰਟੀ ਦੇ ਵਿੱਚ ਬਾਗੀ ਸੁਰਵੀ ਸੁਣਾਈ ਦੇ ਰਹੇ ਸੀ ਪਾਰਟੀ ਨੇ ਚੰਡੀਗੜ੍ਹ 'ਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਤਾਂ ਦੂਜੇ ਪਾਸੇ ਬਾਗੀਆਂ ਨੇ ਜਲੰਧਰ 'ਚ ਮਜਮਾ ਲਗਾ ਲਿਆ ਤੇ ਮਤਾ ਪਾਸ ਕਰ ਦਿੱਤਾ ਗਿਆ ਸੁਖਬੀਰ ਬਾਦਲ ਦੇ ਖਿਲਾਫ ਕਿ ਸੁਖਬੀਰ ਪ੍ਰਧਾਨਗੀ ਛੱਡਣ ਤਾਂ ਦੂਜੇ ਪਾਸੇ ਚੰਡੀਗੜ੍ਹ 'ਚ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਹੱਕ ਦੇ ਵਿੱਚ ਵੀ ਮਤਾ ਪਾਸ ਹੋਇਆ ਅਜੇ ਫੇਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਤੇ ਧਾਰਮਿਕ ਤੇ ਰਾਜਨੀਤੀ ਦੀ ਸਵੈਲ ਵਿਅਕਤੀ ਨੂੰ ਅਗਵਾਈ ਸੰਭਾਲਣੀ ਚਾਹੀਦੀ ਹੈ ਪ੍ਰਧਾਨ ਸਾਹਿਬ ਨੇ ਜਦੋਂ ਜ਼ਿਲ੍ਹਾ ਜਥੇਦਾਰ ਸਰਬੰਦੀ ਵੀ ਤੇ ਹਲਕਾ ਇੰਚਾਰਜ ਸਰਬੰਦੀ ਮੀਟਿੰਗ ਵੀ ਸ਼ੁਰੂ ਹੋਈ ਸੀ ਓਪਨਿੰਗ ਵਰਡ ਸੀ ਉਹਨਾਂ ਦੇ ਕਿ ਦੇਖੋ ਯਾਰ ਪਹਿਲੀ ਗੱਲ ਹੈ ਫਰਸ ਫਸਟ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪ੍ਰਧਾਨ ਨਵਾਂ ਤੇ ਤਾਂ ਮੈਂ ਪ੍ਰਧਾਨ ਦੇ ਨੂੰ ਤਿਆਰ ਨਹੀਂ ਤੇ ਮੈਂ 1 ਮਿੰਟ ਵੀ ਪ੍ਰਧਾਨ ਦੇ ਨੂੰ ਤਿਆਰ ਨਹੀਂ ਜੇ ਤੁਸੀਂ ਨਹੀਂ ਚਾਹੁੰਦੇ ਇੱਕੋ ਆਵਾਜ਼ ਪ੍ਰਧਾਨ ਸਭਾ ਨੂੰ ਕਿਹਾ ਸੀ ਮੈਂ ਦੁਆਰਾ ਤੁਸੀਂ ਇਹ ਲੈਣ ਸਾਡੇ ਆਪਣੇ ਮੂੰਹ ਤੋਂ ਨਹੀਂ ਕਰੀ ਤੇਰੀ ਮੀਟਿੰਗ ਦੀ ਗੱਲ ਹੈ ਰਿਕਾਰਡ ਦੀ ਗੱਲ ਹੈ ਰੈਜੂਲੇਸ਼ਨ ਦੇ ਉੱਤੇ ਵੀ ਕੱਲ ਕੱਲ ਨੇ ਦਸਤਾਵੇਜ਼ ਦਿੱਤੇ ਬਾਗੀ ਧੜੇ ਨੇ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਣ ਅਤੇ ਅੱਗੇ ਦਾ ਪਲਾਨ ਵੀ ਦੱਸਿਆ ਜਦੋਂ ਕਿ ਸੁਪੀਰ ਸਿੰਘ ਬਾਦਲ ਦੇ ਧੜੇ ਦੇ ਵੱਲੋਂ ਇਸ ਬਗਾਵਤ ਦੇ ਪਿੱਛੇ ਬੀਜੇਪੀ ਦਾ ਹੱਥ ਦੱਸਿਆ ਜਾ ਰਿਹਾ ਹੈ ਇੱਕ ਜਨਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਨਤੀ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਜਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀ ਆ ਕਿ ਗੁਰੂ ਸਾਨੂੰ ਸਮਰਥਾ ਬਖਸ਼ੇ ਸਮਾਤ ਬਖਸ਼ੇ ਕਿ ਅਸੀਂ ਉਹਨਾਂ ਕਟਾਈਆਂ ਤੇ ਖਾਮੀਆਂ ਤੋਂ ਬਚ ਸਕੀਏ ਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਉਹ ਸਰਦੀਤੀ ਤੇ ਲੈ ਕੇ ਬਲੰਗੀਆਂ ਤੇ ਲਿਜਾ ਸਕੀਏ ਇਹ ਸਰਕਾਰੀ ਏਜੰਸੀਆਂ ਪਾਰਟੀ ਵਿੱਚੋਂ ਕੁਝ ਕਮਜ਼ੋਰ ਤੇ ਦਮਦਾਰ ਗ੍ਰਸਾਂ ਸੰਸਦਾਂ ਨੂੰ ਡਰ ਤੇ ਲਾਲਚ ਦੇ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਵਾਰੀ ਹੈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਜਾਂ ਕਮਜ਼ੋਰ ਕਰਕੇ ਸ਼ਕਉਮ ਨੂੰ ਡੀਰੇਲੈਸ ਕਰਦੀਆਂ ਸਾਜਸ਼ਾ ਕਰੀਆਂ ਹਨ ਪਾਰਟੀ ਨੂੰ ਇਸ ਵਕਤ ਸਿੱਖ ਦੁਸ਼ਮਣ ਕਾਂਗਰਸ ਪਾਰਟੀ ਅਤੇ ਭਾਜਪਾ ਦੇ ਦੁਪਾਸਰ ਹਮਲੇ ਦਾ ਸਾਹਮਣਾ ਹੈ ਤੇ ਕੁਝ ਲੋਕ ਇਸ ਵਕਤ ਦੁਸ਼ਮਣ ਦੇ ਕੋਹਾੜੇ ਦਾ ਦਸਤਾ ਬਣਨ ਨੂੰ ਕਾਲੇ ਹਨ ਹਾਲਾਂਕਿ ਬਲਵਿੰਦਰ ਭੁੰਦੜ ਕਹਿੰਦੇ ਨਜ਼ਰ ਆਏ ਨੇ ਕਿ 99.9% ਅਕਾਲੀ ਦਲ ਸੁਖਬੀਰ ਬਾਦਲ ਦੇ ਨਾਲ ਹੈ ਪਰ ਦੇਖਣਾ ਹੋਵੇਗਾ ਕਿ ਕੌਣ ਕਿਸ ਦੇ ਨਾਲ ਹੈ ਪਰ 104 ਸਾਲ ਪੁਰਾਣੀ ਪਾਰਟੀ 'ਚ ਜਿਸ ਬਾਦਲ ਪਰਿਵਾਰ ਦਾ ਰਾਜ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਨਜ਼ਰ ਆਉਂਦਾ ਹੈ ਉਹਨਾਂ ਦੇ ਸਾਹਮਣੇ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਬਗਾਵਤ ਦੇ ਰੂਪ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਜਲੰਧਰ ਤੋਂ ਰਾਘਵ ਜੈਨ న్యూਸ ਇਟ ਇਨ ਪੰਚਾ ਤਾਂ ਜਿਸ ਮੁੱਦੇ ਉੱਤੇ ਚਰਚਾ ਕਰਾਂਗੇ ਅਕਾਲੀ ਦਲ ਪੰਜਾਬੀ ਖੇਤਰੀ ਪਾਰਟੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਇੱਕ ਬਹੁਤ ਮਾਨਮਤਾ ਤੇ ਲੰਮਾ ਚੌੜਾ ਇਤਿਹਾਸ ਹੈ ਇਸ ਪਾਰਟੀ ਦਾ ਔਰ ਬਗਾਵਤ ਪਾਰਟੀ ਦੇ ਅੰਦਰ ਸਮੇਂ-ਸਮੇਂ ਤੇ ਹੋਈ ਆ ਵਕ ਵਕ ਅਕਾਲੀ ਦਲ ਨਿਕਲ ਕੇ ਬਣਦੇ ਰਹੇ ਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ 1920 ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੋਰ ਬਹੁਤ ਸਾਰੇ ਅਕਾਲੀ ਦਲ ਸਮੇਂ-ਸਮੇਂ ਦੇ ਉੱਤੇ ਬਣੇ ਹੁਣ ਸਵਾਲ ਇਹ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਕੀ ਇਹ ਬਾਗੀ ਤੜਾ ਇੱਕ ਨਵਾਂ ਅਕਾਲੀ ਦਲ ਬਣਾ ਲਵੇਗਾ ਯੋਪਿਤਾ ਗਿੱਦੀ ਰੂਪ ਰੇਖਾ ਕੀ ਹੋਏਗੀ ਮੈਂ ਚਰਚਾ ਦੀ ਸ਼ੁਰੂਆਤ ਕਰਾਂ ਮਹਿਮਾਨਾਂ ਦਾ ਰੁਕ ਕਰਾਂ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਬਹੁਤ ਜ਼ਰੂਰੀ ਹੈ ਕਿ ਕਿਹੜੇ ਧੜੇ ਦੇ ਵਿੱਚ ਕੌਣ ਖੜਾ ਹੈ ਇੱਕ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦਿਖਾਣੇ ਆ ਇਸ ਵਾਲੇ ਪਾਸੇ ਨੇ ਜੋ ਸੁਬੀਰ ਬਾਦਲ ਦੇ ਨਾਲ ਨੇ ਇਸ ਵਾਲੇ ਜੋ ਸੁਬੀਰ ਬਾਦਲ ਦੇ ਖਿਲਾਫ ਨੇ ਬਲਵਿੰਦਰ ਭੁੰਦੜ ਮਹੇਸ਼ੰਦਰ ਗਰੇਵਾਲ ਦਲਜੀਤ ਸਿੰਘ ਚਿਮਾ ਇਕਬਾਲ ਸਿੰਘ ਝੁੰਦਾ ਜਨਮੇਜਾ ਸਿੰਘ ਸੇਖੋਂ ਸੁਬੀਰ ਬਾਦਲ ਦੇ ਨਾਲ ਨੇ ਇਹਨਾਂ ਦੇ ਵਿੱਚ ਰਵਿੰਦਰ ਬ੍ਰਹਮਪੁਰਾ ਬ੍ਰਹਮਪੁਰਾ ਪਰਿਵਾਰ ਸੁਬੀਰ ਬਾਦਲ ਦੇ ਨਾਲ ਹੈ ਅਨਿਲ ਜੋਸ਼ੀ ਜਿਹੜੇ ਬੀਜੇਪੀ ਚੋਂ ਆਏ ਸੀ ਸੁਬੀਰ ਬਾਦ ਅ ਨਜ਼ਰ ਆਈ ਨੇ ਸੋਨ ਸਿੰਘ ਠੰਡਲ ਨਜ਼ਰ ਆਈ ਨੇ ਜੋ ਬਾਦਲ ਦੇ ਨਾਲ ਖੜੇ ਨੇ ਔਰ ਦੂਜੇ ਪਾਸੇ ਦੀ ਲਿਸਟ ਦਾ ਮੈਂ ਜ਼ਿਕਰ ਕਰਨਾ ਇੱਥੇ ਬਹੁਤ ਸਾਰੇ ਨਾਮ ਨਜ਼ਰ ਆਉਂਦੇ ਨੇ ਬੀਬੀ ਜਗੀਰ ਕੌਰ ਦਾ ਨਾਮ ਜੋ ਇਸ ਸਮੇਂ ਬਾਗੀਆਂ ਦੇ ਨਾਲ ਆ ਕੇ ਖੜੇ ਹੋਗੇ ਪ੍ਰੋਫੈਸਰ ਪ੍ਰਿੰਪ ਸਿੰਘ ਚੰਦੂ ਮਾਜਰਾ ਅ ਸਿਕੰਦਰ ਸਿੰਘ ਮਲੂਕਾ ਇੱਕ ਵਾਰੀ ਲਿਸਟ ਦੁਬਾਰਾ ਆ ਜੇਗੀ ਮੈਂ ਇਸ ਵਾਲੇ ਪਾਸੇ ਰੋਕ ਰਾਂਗਾ ਵਿਰਸਾ ਸਿੰਘ ਬਲਟੋਹਾ ਬੰਟੀ ਰਮਾਣਾ ਕਮਰਜੀਤ ਸਿੰਘ ਰੋਜੀ ਬਰਕੰਦੀ ਇਸ ਸੁਬੀਰ ਸਿੰਘ ਬਾਦਲ ਦੇ ਨਾਲ ਅੱਜ ਮੀਟਿੰਗ ਦੇ ਵਿੱਚ ਜਿਹੜੇ ਮੌਜੂਦ ਸੀ ਖੜੇ ਹੋਏ ਨਜ਼ਰ ਆ ਰਹੇ ਨੇ ਦੁਬਾਰਾ ਲਿਸਟ ਆ ਗਈ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰਕੌਰ ਗੁਰਪ੍ਰਤਾਪ ਸਿੰਘ ਬਡਾਲਾ ਪਰਮਿੰਦਰ ਸਿੰਘ ਢੀਂਟਸਾ ਜੇ ਤੁਸੀਂ ਕਹੋ ਕਿ ਢੀਂਟਸਾ ਪਰਿਵਾਰ ਵੀ ਇੱਕ ਤਰੀਕੇ ਦੇ ਨਾਲ ਅੱਜ ਨਜ਼ਰ ਆਇਆ ਉੱਥੇ ਜਲੰਧਰ ਵਾਲੀ ਜਿਹੜੀ ਮੀਟਿੰਗ ਆ ਉਸ ਦੇ ਵਿੱਚ ਉਸ ਤੋਂ ਬਾਅਦ ਮੈਂ ਅੱਗੇ ਰੋਕ ਰਾਂ ਅਗਲੀ ਸਾਡੀ ਸਲਾਈਡ ਆ ਸਕੀ ਉਸ ਦੇ ਉੱਤੇ ਹੋਰ ਜਿਹੜੇ ਲੀਡਰ ਹੈਗੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਬੇਸਿਕਲੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬਲਵਿੰਦਰ ਸਿੰਘ ਪੁੰਦਰ ਦੀ ਇੱਕ ਸਟੇਟਮੈਂਟ ਆ ਉਹ ਕਹਿੰਦੇ 99 ਜਿਹੜੇ 99% ਜਿਹੜੇ ਅਕਾਲੀ ਆਗੂ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਤੇ ਜਿਹੜੇ ਖਿਲਾਫ ਨੇ ਉਹਨਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਇੱਕ ਬਹੁਤ ਇੰਪੋਰਟੈਂਟ ਨਾਮ ਹੈ ਸੁਚਾ ਸਿੰਘ ਛੋਟੇ ਪਰ ਗਗਨਜੀਤ ਸਿੰਘ ਬਰਨਾਲਾ ਅ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਨੇ ਧੁਰ ਬੰਨੇ ਇੱਕ ਤਰੀਕੇ ਨਾਲ ਪਿਛਲੇ ਸਮੇਂ 'ਚ ਬੋਲਦੇ ਨਜ਼ਰ ਆਏ ਨੇ ਸਰਵਨ ਸਿੰਘ ਫਲੋਰ ਇਹ ਵੀ ਇੱਕ ਵੱਡਾ ਨਾਮ ਸ਼੍ਰੋਮਣੀ ਅਕਾਲੀ ਦਲ ਦਾ ਹੈਗਾ ਇਹ ਜਿਹੜੇ ਖਿਲਾਫ ਖੜੇ ਹੋਏ ਨੇ ਔਰ ਦੋ ਨਾਮ ਅੱਗੇ ਤੋਂ ਦਿਖਾ ਰਹੇ ਸੀ ਉਹ ਵੀ ਸਕਰੀਨ ਦੇ ਉੱਤੇ ਆ ਜਾਣਗੇ ਉਸ ਤੋਂ ਬਾਅਦ ਆਪਾਂ ਡਿਬੇਟ ਦਾ ਰੁਕ ਕਰਦੇ ਹਾਂ ਅੱਜ ਦੀ ਕਿਰਨਜੀਤ ਕੌਰ ਐਸਜੀਪੀਸੀ ਮੈਂਬਰ ਨੇ ਪਰਮਜੀਤ ਕੌਰ ਲਾਂਡਰਾ ਇਹ ਵੀ ਐਸਜੀਪੀਸੀ ਮੈਂਬਰ ਨੇ ਜੋ ਖਿਲਾਫ ਧੜੇ ਦੇ ਵਿੱਚ ਨਜ਼ਰ ਆ ਰਹੇ ਨੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਮੈਂ ਮਹਿਮਾਨਾਂ ਦੇ ਨਾਲ ਤੁਹਾਡਾ ਤਾਰਫ ਕਰਵਾਉਣਾ ਹੈ ਜਿਹੜੇ ਅੱਜ ਸਾਡੇ ਨਾਲ ਜੁੜ ਰਹੇ ਨੇ ਸਾਡੇ ਨਾਲ ਜੁੜ ਰਹ ਜੋ ਜਲੰਧਰ ਦੇ ਵਿੱਚ ਨਜ਼ਰ ਆਏ ਜੋ ਬਾਗੀ ਧੜੇ ਨੂੰ ਇੱਕ ਤਰੀਕੇ ਨਾਲ ਰਿਪਰੈਜ਼ੈਂਟ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਬੀਬੀ ਜਗੀਰ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਯੂਜ਼ ਇਟ ਇਨ ਪੰਜਾਬ ਦੇ ਉੱਤੇ ਤੁਹਾਡਾ ਸਾਡੇ ਨਾਲ ਐਡਵੋਕੇਟ ਅਰਸ਼ ਦੀਪ ਸਿੰਘ ਕਲੇਰ ਜੁੜ ਰਹੇ ਨੇ ਚੀਫ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਜੁੜ ਰਹੇ ਨੇ ਪੋਲੀਟੀਕਲ ਐਕਸਪਰਟ ਦੇ ਤੌਰ ਦੇ ਉੱਤੇ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਮੈਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਬ ਬੀਬੀ ਜੀ ਆਵਾਜ਼ ਮੇਰੀ ਉਮੀਦ ਹੈ ਪਹੁੰਚ ਰਹੀ ਹੋਵੇਗੀ ਤੁਹਾਡੇ ਤੱਕ ਮੈਂ ਸ਼ੁਰੂਆਤ ਇੱਥੋਂ ਕਰਦਾ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਵਰਕਰ ਨੇ ਜਿਹੜੇ ਅੱਜ ਤੁਹਾਨੂੰ ਸੁਣ ਰਹੇ ਹੋਣਗੇ ਉਹ ਜਾਣਨਾ ਚਾਹਣਗੇ ਕਿ ਜਲੰਧਰ ਦੇ ਵਿੱਚ ਜਿਹੜੇ ਇਕੱਠੇ ਹੋਏ ਉਹ ਕਿਉਂ ਜ਼ਰੂਰਤ ਮਹਿਸੂਸ ਹੋਈ ਕੀ ਵਾਕਈ ਹੀ ਚੋਣਾਂ ਦੇ ਵਿੱਚ ਹਾਰ 10 ਸੀਟਾਂ ਦੇ ਜ਼ਮਾਨਤ ਜ਼ਬਤ ਹੋਣਾ 2022 ਚ 3 ਸੀਟਾਂ ਦੇ ਉੱਤੇ ਸਿਮਟ ਜਾਣਾ ਸਭ ਕੁਝ ਤੁਹਾਨੂੰ ਲੱਗਦਾ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਕਿਉਂ ਅੱਜ ਤੁਹਾਨੂੰ ਲੱਗ ਰਿਹਾ ਹੈ ਇਹ ਇਸ ਮੀਟਿੰਗ ਨੂੰ ਕਿਉਂ ਸੱਦਣਾ ਦੇਖੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਹੈ ਜੀ ਹਰ ਇਨਸਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਜੁੜਿਆ ਹੋਇਆ ਉਹਨੂੰ ਸਾਰਿਆਂ ਨੂੰ ਇਸ ਗੱਲ ਦਾ ਦਰਦ ਹੈ ਹਮ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਪੰਥ ਦੇਸ਼ ਪੰਜਾਬ ਸਾਰੇ ਗੁਰਦੁਆਰਾ ਦੀ ਸੇਵਾ ਸੰਭਾਲ ਸਿੱਖ ਰਹਿਤ ਮਰਿਆਦਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਬਣਿਆ ਸੀ ਜੀ ਜਿਸ ਦਾ ਆਧਾਰ ਹੈ ਸੱਬੇ ਸੰਜੀਵ ਵਾਲਸਤਾਏ ਤੋਂ ਕੋਈ ਨਾ ਦੀ ਸਰਬਾਰਾ ਜੀਓ ਹਮ ਜਿਸ ਦਾ ਆਧਾਰ ਹੈ ਮਾਰਕਸ ਦੀ ਜਾਸਬਾ ਇਕਿਆ ਪਹਿਚਾਨ ਨੂੰ ਹਮ ਜਿਸ ਦਾ ਫਲਸਫਾ ਹੈ ਕਿ ਅਸੀਂ ਸਾਰਿਆਂ ਨਸਰਬੱਦ ਦਾ ਭਲਾ ਮੰਗੜਾ ਔਰ ਲੰਬੇ ਸਮੇਂ ਤੋਂ ਸੰਘਰਸ਼ ਵੀ ਕੀਤੇ ਵੱਡੀਆਂ ਜਥੇਬੰਦੀਆਂ ਹੋਂਦ ਵਿੱਚ ਆਈਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਡੇ ਮੋਰਚੇ ਲੱਗੇ ਬੜੀਆਂ ਕੁਰਬਾਨੀਆਂ ਹੋਈਆਂ ਔਰ ਉਹਨਾਂ ਕੁਰਬਾਨੀਆਂ ਵਿੱਚੋਂ ਸਾਰਿਆਂ ਨੇ ਬਹੁਤ ਬੜੀ ਸ਼ਕਤੀ ਲਈ ਸਰਕਾਰਾਂ ਬੜੀਆਂ ਬਹੁਤ ਬੜੀ ਮਿਹਨਤ ਕੀਤੀ ਬੜੀ ਡਿਵੈਲਪਮੈਂਟ ਕੀਤੀ ਹਮ ਲੇਕਿਨ ਅੱਜ ਦਾ ਮੈਂ ਲੰਬਾ ਇਤਿਹਾਸ ਨਹੀਂ ਕਰਨਾ ਕਿਉਂਕਿ ਮੈਂ ਥੋੜੇ ਸ਼ਬਦਾਂ ਚ ਹੀ ਕਮਾਂ ਜੀ ਕਿ ਅੱਜ ਲੋਡ ਅੱਜ ਨਹੀਂ ਮਹਿਸੂਸ ਹੋ ਰਿਹਾ ਇਹ ਲੋਡ 10 15 ਸਾਲ ਤੋਂ ਹਰ ਵਰਕਰ ਜਿਹੜਾ ਸੀ ਕੋਈ ਆਵਾਜ਼ ਉਠਾ ਰਿਹਾ ਸੀ ਹਮ ਪਿੱਛੇ ਜਦੋਂ 22 ਦੀ ਚੋਣ ਦੇ ਵਿੱਚ ਅਸੀਂ ਨੁਕਸਾਨ ਉਠਾਇਆ ਜੀ ਉਸ ਵੇਲੇ ਸਾਰੇ ਜਿਹੜੇ ਸਨ ਉਹ ਮਹਿਸੂਸ ਕਰਦੇ ਸੀ ਕਿ ਪ੍ਰਧਾਨ ਸਾਹਿਬ ਇਸ ਨੂੰ ਓਨ ਕਰਨ ਪ੍ਰਧਾਨ ਸਾਹਿਬ ਜਿਹੜੀ ਅੱਜ ਦੀ ਹਾਰ ਹੋਈ ਹੈ ਉਹ ਕਮ ਸੋ ਕਮ ਜੇ ਕ੍ਰੈਡਿਟ ਤੇ ਡਿਸਕ੍ਰੈਡਿਟ ਜਿਹੜਾ ਉਹ ਸਾਡੇ ਜਰਨਲ ਨੂੰ ਜਾਣਾ ਚਾਹੀਦਾ ਤੇ ਜਰਨਲ ਨੇ ਮਿਹਨਤ ਵੀ ਹੁਣ ਅੱਜ ਅਸੀਂ ਕਹਿੰਨੇ ਆ ਕਿ ਜਰਨਲ ਨੇ ਮਿਹਨਤ ਵੀ ਬੜੀ ਕੀਤੀ ਸਾਡੇ ਪ੍ਰਧਾਨ ਜੀ ਨੇ ਦਿਨ ਰਾਤ ਵੀ ਇਹ ਕੀਤਾ 3-4 ਮਹੀਨੇ ਲਗਾਤਾਰ ਪੰਜਾਬ ਯਾਤਰਾ ਵੀ ਕੀਤੀ ਔਰ ਲੋਕਾਂ ਨੂੰ ਮੋਬਾਈਲਾਈਜ਼ ਵੀ ਕੀਤਾ ਆਪਣੀ ਡਿਵੈਲਪਮੈਂਟ ਦੀ ਗੱਲ ਵੀ ਕੀਤੀ ਜੋ ਅਸੀਂ ਕੀਤਾ ਸੀ ਸਰਕਾਰਾਂ ਵੇਲੇ ਉਹ ਵੀ ਦੱਸਿਆ ਸਹੂਲਤਾਂ ਕੀ ਦਿੱਤੀਆਂ ਅਸੀਂ ਸੇਵਾਾਂਾਂ ਕੀਤੀਆਂ ਮੇਰੇ ਖਲ ਘਰ ਘਰ ਵਿੱਚ ਇਸ ਗੱਲ ਦੀ ਆਵਾਜ਼ ਜਿਹੜੀ ਸੀ ਬੁਲੰਦ ਕੀਤੀ ਗਈ ਪਰ ਅਫਸੋਸ ਕਿ ਅੱਜ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਹਰ ਹਲਕੇ ਦੇ ਵਿੱਚੋਂ ਸਾਡੀ ਜਮਾਨਤਾ ਜਬਤ ਹੋ ਗਈਆਂ ਮੈਂ ਸਭ ਦੀਆਂ ਕਿ ਕਾਡਰ ਨਾਲ ਹੈ ਵਰਕਰ ਨਾਲ ਹੈ ਲੀਡਰ ਨਾਲ ਹੈ ਲੇਕਿਨ ਅੱਜ ਵੋਟ ਫਿਰ ਵੀ ਸਾਡੇ ਵੱਲ ਨਹੀਂ ਆ ਰਹੀ ਉਹਦਾ ਕਾਰਨ ਕੀ ਹੈ ਅੱਜ ਲੋਕਾਂ ਨੇ ਜਦ ਵੋਟ ਪਾਈ ਹੈ ਤੇ ਜਦੋਂ ਕਿ ਪ੍ਰੋ ਬੀਜੇਪੀ ਅਗੇਂਸਟ ਬੀਜੇਪੀ ਲੋਕਾਂ ਦਾ ਮਨ ਬਣ ਗਿਆ ਕਿ ਜਾਂ ਮੋਦੀ ਨੂੰ ਹਰਾਉਣ ਵਾਲਿਆਂ ਦੀ ਵੋਟ ਸੀ ਜਾਂ ਮੋਦੀ ਨੂੰ ਜਿਤਾਉਣ ਵਾਲਿਆਂ ਦੀ ਵੋਟ ਸੀ ਸਾਨੂੰ ਇਹ ਆਸ ਸੀ ਕਿ ਸਾਡੀ ਵੋਟ ਵਾਪਸ ਆਏਗੀ ਲੇਕਿਨ ਦੁੱਖ ਇਹ ਹੋਇਆ ਕਿ ਵੋਟ ਸਾਡੀ ਸਾਨੂੰ ਨਹੀਂ ਵਾਪਸ ਆਈ ਵੋਟ ਜਾਂ ਆਮ ਆਦੀ ਪਾਰਟੀ ਨੂੰ ਚਲੀ ਗਈ ਜਾਂ ਕਾਂਗਰਸ ਨੂੰ ਚਲੀ ਗਈ ਅਰ ਉਹ ਕਾਂਗਰਸ ਜਿਨ੍ਹਾਂ ਨੇ ਬਹੁਤ ਵੱਡਾ ਘਾਣ ਕੀਤਾ ਪੰਜਾਬ ਦਾ ਸਾਡੇ ਗੁਰਤਾਮਾ ਦਾ ਸਾਡੇ ਸਿਕੰਦਰ ਜਿਨ੍ਹਾਂ ਨੇ ਕੋ ਕੋ ਕੇ ਮਾਰੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਸ਼੍ਰੀ ਅਕਾਲ ਤਸ ਸੌ ਟੈਟਿਰੀ ਕੀਤਾ ਜਿਨ੍ਹਾਂ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨੇ ਸਾਡੇ ਹਜ਼ਾਰਾਂ ਸ਼ਰਦਾਲੂ ਜਿਹੜੇ ਸਨ ਉੱਥੇ ਸ਼ਹੀਦ ਕਰ ਦਿੱਤੇ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਾਡੇ ਪੰਜਾਬੀ ਉਸ ਨੂੰ ਵੋਟ ਪਾਉਣ ਸਾਡਾ ਹਿਰਦੇ ਬਲੁੰਦ ਰਹੇ ਹੁਣ ਤੇ ਇਸ ਜਦੋਂ ਇਸ ਗੱਲ ਨੂੰ ਅਸੀਂ ਵਾਰ-ਵਾਰ ਵਾਰ-ਵਾਰ ਪ੍ਰਧਾਨ ਸਾਹਿਬ ਨਾਲ ਕਰਦੇ ਆਂ ਤੇ ਪ੍ਰਧਾਨ ਸਾਹਿਬ ਜੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਸਾਡੀਆਂ ਬੜਾ ਬੜਾ ਇਤਿਹਾਸ ਹੈ ਬੜੀ ਬਾਰੀ ਜਮਾਤਾਂ ਚਬਤ ਹੋਈਆਂ ਆ ਜਾਣੀ ਕਿ ਲੋਕੀ ਫਿਰ ਵਾਪਸ ਹੁਣ ਇਹ ਦੱਸੋ ਕਿ 10 15 ਸਾਲ ਤੇ ਹੋ ਚੱਲੇ ਐ ਅਸੀਂ ਵਾਰ-ਵਾਰ ਕਹਿੰਦੇ ਸੀਗੇ ਕਿ ਬਾਦਲ ਸਾਹਿਬ ਜਿਹੜੀ ਲੋਕਾਂ ਦੇ ਮਨ ਦੇ ਉੱਤੇ ਅੱਜ ਸੱਟ ਹੈ ਕਿ ਸਾਡੇ ਕੋਲੋਂ ਜਿਹੜੀਆਂ ਗਲਤੀਆਂ ਹੋ ਗਈਆਂ ਜਾਂ ਲੋਕੀ ਸਾਡੇ ਜਿਨ੍ਹਾਂ ਕਾਰਨ ਕਰਕੇ ਟੁੱਟ ਗਏ ਐ ਕਿਰਪਾ ਕਰੋ ਇਹਨਾਂ ਨੂੰ ਜੋੜਨ ਵਾਸਤੇ ਆਪਾਂ ਉਹ ਮਹਿਸੂਸ ਕਰ ਲਈਏ ਤੇ ਅਹਿਸਾਸ ਕਰਦੇ ਆ ਅਸੀਂ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਈਏ ਕਿਉਂਕਿ ਜਦੋਂ ਇਹ ਪਬਲਿਕ ਦੀ ਆਵਾਜ਼ ਇਕੱਠੀ ਕੀਤੀ ਸੀ ਝੁੰਡਾ ਕਮੇਟੀ ਬਣੀ ਸੀ ਉਹ ਝੁੰਡਾ ਕਮੇਟੀ ਪਿੰਡ ਪਿੰਡ ਹਰ ਹਲਕੇ ਚ ਗਈ ਉਹ ਝੁੰਡਾ ਕਮੇਟੀ ਵਿੱਚ ਕੁਝ ਲੋਕਾਂ ਦੀ ਆਵਾਜ਼ ਸੀ ਉਹ ਲੋਕਾਂ ਦੀ ਆਵਾਜ਼ ਜਿਹੜੀ ਜਦੋਂ ਅੱਜ ਤੱਕ ਵੀ ਅਸੀਂ ਨਹੀਂ ਸੁਣੀ 2-3 ਸਾਲ ਹੋ ਚਲੇ ਆ ਉਹ ਨਹੀਂ ਸੁਣੀ ਤੇ ਲੋਕਾਂ ਨੇ ਸਾਨੂੰ ਪੁਛਾਰ ਦਿੱਤਾ ਲੋਕਾਂ ਨੇ ਸਾਨੂੰ ਦਰਕਾਰ ਹੀ ਦਿੱਤਾ ਹੈ ਕਿਸਮ ਦਾ ਤੇ ਜੇ ਅੱਜ ਵੀ ਅਸੀਂ ਨਾ ਸਮਝੀਏ ਫਿਰ ਅਸੀਂ ਕਿੱਥੇ ਜਾਵਾਂਗੇ ਮੈਂ ਮੇਰੇ ਕੋਲ ਦੋ ਚਾਰ ਸਵਾਲ ਹੈਗੇ ਨੇ ਮੈਂ ਤੁਹਾਨੂੰ ਪੁੱਛਦਾ ਜਿਵੇਂ ਕਾਦਰ ਸਾਹਿਬ ਨੇ ਸੱਦਿਆ ਆਪਾਂ ਚਰਚਾ ਨੂੰ ਅੱਗੇ ਵਧਾਈਏ ਦੇਖੋ ਤੁਸੀਂ ਅੱਜ ਬਹੁਤ ਵੱਡਾ ਇੱਕ ਸਟੈਪ ਤੁਸੀਂ ਕਹਿ ਸਕਦੇ ਹੋ ਕਿਉਂਕਿ ਅਕਾਲੀ ਦਲ ਵੀ ਇਸ ਨੂੰ ਤੁਸੀਂ ਵੀ ਖੁਦ ਮਹਿਸੂਸ ਕਰ ਰਹੇ ਹੋਵੋਗੇ ਇਹ ਕੋਈ ਸੌਖਾ ਨਹੀਂ ਹੁੰਦਾ ਕਿ ਤੁਸੀਂ ਸਾਰੇ ਲੀਡਰ ਇਕੱਠੇ ਹੋ ਕੇ ਇੱਕ ਮੀਟਿੰਗ ਕਰ ਲਓ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਹੀ ਇੱਕ ਤਰੀਕੇ ਨਾਲ ਉਸ ਨੂੰ ਸਮਝਾਇਆ ਜਾ ਰਿਹਾ ਹੈ ਮੈਂ ਤੁਹਾਡੇ ਕੋਲ ਵਾਪਸ ਹੋਣਾ ਮੈਂ ਇੱਕ ਇੱਕ ਸਬਦਾਂ ਰਿਐਕਸ਼ਨ ਲੈ ਲਮਾ ਬੀਬੀ ਜੀ ਸਾਡੇ ਨਾਲ ਜੁੜੇ ਰਹੋ ਤੁਸੀਂ ਜ਼ਰੂਰ ਕਲੇਰ ਸਾਬ ਸਾਡੇ ਨਾਲ ਨਿਕਲੇਰ ਸਾਬ ਦੇਖੋ ਕਹਿੰਦੇ ਕਿ ਬਹੁਤ ਲੰਬੇ ਸਮੇਂ ਤੋਂ ਅੰਦਰ ਖਾਤੇ ਬਰਕਰਾਰ ਦੀ ਆਵਾਜ਼ ਜੋ ਸੀ ਅੱਜ ਜਲੰਧਰ ਦੇ ਵਿੱਚੋਂ ਸਾਡੇ ਜ਼ਰੀਏ ਬਾਹਰ ਆ ਗਈ ਦੇਖੋ ਗੌਰਵ ਜੀ ਮੈਂ ਸ਼ੁਰੂਆਤ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਔਰ ਬੜਾ ਲੰਬਾ ਸੰਘਰਸ਼ ਹੈ ਬੜੀ ਮਿਹਨਤ ਹੈ ਔਰ ਸਾਰਿਆਂ ਦੀ ਮਿਹਨਤ ਹੈ ਜੀ ਅਜੁਰੇ ਬੀਬੀ ਜਗੀਰ ਕੌਰ ਜੀ ਬੈਠੇ ਨੇ ਸਾਡੇ ਸਤਕਾਰਯੋਗ ਨੇ ਮਿਹਨਤ ਇਹਨਾਂ ਦੀ ਵੀ ਆ ਉਹਦੇ ਵਿੱਚ ਹਮ ਪਰ ਗੱਲ ਜਿਹੜੀ ਅੱਜ ਤੇ ਸਵਾਲ ਖੜਾ ਹੁੰਦਾ ਹੈ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਕੇਂਦਰੀ ਏਜੰਸੀਆਂ ਦਾ ਤੇ ਭਾਜਪਾ ਦੀ ਸਾਜ਼ਿਸ਼ ਹੈ ਔਰ ਜੋ ਮਹਾਰਾਸ਼ਟਰ ਦੇ ਵਿੱਚ ਹੋਇਆ ਜਿਸ ਤਰੀਕੇ ਸ਼ਿਵ ਸੇਨਾ ਦੇ ਵਿੱਚੋਂ ਇੱਕ ਗੁੱਟ ਕੱਢਿਆ ਗਿਆ ਅੱਜ ਸਾਡੇ ਸਾਥੀ ਵੀ ਇਹ ਸਤਕਾਰਯੋਗ ਲੀਡਰ ਵੀ ਉਸੇ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਤੁਹਾਨੂੰ ਲੱਗਦਾ ਔਰ ਮੈਂ ਗੱਲ ਸ਼ੁਰੂਆਤ ਜਿੱਥੇ ਹੀ ਕਰ ਦਿੰ ਦੇਖੋ ਬੜਾ ਸਪਸ਼ਟ ਹੈ ਇਹਨਾਂ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਵਿੱਚ ਦੋ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਸੀ ਕੁਝ ਲੋਕ ਕਹਿੰਦੇ ਸੀ ਕਿ ਜੀ ਅਸੀਂ ਪ੍ਰੋ ਮੋਦੀ ਆ ਅਸੀਂ ਮੋਦੀ ਦੇ ਹੱਕ ਦੇ ਵਿੱਚ ਆ ਕੁਝ ਐਂਟੀ ਮੋਦੀ ਸੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸਿਧਾਂਤਕ ਮਸਲਿਆਂ ਦੇ ਉੱਤੇ ਖੜਾ ਸੀ ਔਰ ਬੀਜੇਪੀ ਦੇ ਨਾਲ ਸਮਝੌਤਾ ਔਰ ਕੁਝ ਲੀਡਰ ਜਿਹੜੇ ਅੱਜ ਦੂਜੇ ਪਾਸੇ ਖੜੇ ਇਹਨਾਂ ਚੋਂ ਬਹੁਤ ਲੀਡਰ ਐਸੇ ਨੇ ਜਿਹੜੇ ਕਿ ਬਹੁਤ ਸਿੱੱਜਤ ਨਾਲ ਚਾਹੁੰਦੇ ਸੀ ਕਿ ਬੀਜੇਪੀ ਦੇ ਨਾਲ ਸਮਝੌਤਾ ਹੋ ਜਾਏ ਪਰ ਸ਼੍ਰੋਮਣੀ ਅਕਾਲੀ ਦਲ ਸਦਾਂਤਕ ਤੌਰ ਤੇ ਸਿੱਖਾਂ ਦੇ ਮਸਲਿਆਂ ਤੇ ਕਿਸਾਨੀ ਦੇ ਮਸਲੇ ਤੇ ਅਸੀਂ ਭਾਜਪੀ ਦੇ ਨਾਲ ਨਹੀਂ ਸਮਝੌਤਾ ਕੀਤਾ ਤੇ ਇਕੱਲੇ ਚੋਣਾਂ ਦੇ ਵਿੱਚ ਗਏ ਠੀਕ ਹੈ ਲੋਕ ਮੋਦੀ ਜਾਂ ਐਂਟੀ ਮੋਦੀ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਮੁੱਦਿਆਂ ਦੇ ਉੱਤੇ ਵੋਟ ਨਹੀਂ ਪਈ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਪਰ ਅੱਜ ਮੈਂ ਇਹਨਾਂ ਨੂੰ ਇਹ ਸਵਾਲ ਕਰਦਾ ਹਾਂ ਇਹ ਜਿਹੜੇ ਲੀਡਰ ਸਾਹਿਬਾਨ ਨੇ ਕਿ ਅਸਲ ਪਲੇਟਫਾਰਮ ਗੱਲ ਕਰਨ ਦਾ ਕਿਹੜਾ ਅਸਲ ਪਲੇਟਫਾਰਮ ਤਾਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਉੱਥੇ ਵੀ ਮੀਟਿੰਗ ਚੱਲ ਰਹੀ ਹੈ ਔਰ ਕਿਸੇ ਵੀ ਪਾਰਟੀ ਦੇ ਵਿੱਚ ਜਿਹੜੇ ਫੈਸਲੇ ਨੇ ਫੈਸਲੇ ਬਹੁਮਤ ਦੇ ਨਾਲ ਹੁੰਦੇ ਨੇ ਫੈਸਲੇ ਸਰਬਸੰਮਤੀ ਦੇ ਨਾਲ ਹੁੰਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਉੱਥੇ ਵੀ ਬਹੁਮਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਤੇ ਹਲਕਾ ਇੰਚਾਰਜ ਐਮ ਐਲ ਏ ਐਕਸ ਐਮ ਐਲ ਏ ਜਿਹੜੇ ਜ਼ਮੀਨ ਦੇ ਉੱਤੇ ਇਲੈਕਸ਼ਨ ਲੜਦੇ ਨੇ ਜਿਹੜੇ ਜ਼ਮੀਨ ਦੇ ਜਰਨੈਲ ਨੇ ਅਸਲ ਫੀਡਬੈਕ ਉਹਨਾਂ ਦੀ ਹੈ ਤੇ ਅੱਜ ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਨਮਰਤਾ ਦੇ ਨਾਲ ਇਹ ਗੱਲ ਕਹੀ ਸੀ ਕਿ ਭਾਈ ਮੈਂ ਪਾਰਟੀ ਦਾ ਪ੍ਰਧਾਨ ਦਾ ਅਹੁਦਾ ਛੱਡ ਦਿੰਨਾ ਜਿਹਨੂੰ ਇੱਕ ਸਰਦੇ ਵਿੱਚ ਉਥੇ ਬੈਠੀ तमाम ਜ਼ਿਲ੍ਹਾ ਜਥੇਦਾਰ ਜਿਹੜੇ ਸੀਗੇ ਉਹਨਾਂ ਨੇ ਨਕਾਰਤਾ ਔਰ ਜਿਹੜੇ ਹਲਕਾ ਇੰਚਾਰਜ ਸੀ ਕਿਉਂਕਿ ਮੈਂ ਇਹ ਗੱਲ ਪੁੱਛਣੀ ਚਾਹੁੰਨਾ ਹੈ ਜੀ ਕਿ 95 ਜਿਹੜੇ ਹਲਕਾ ਇੰਚਾਰਜ ਐਮ ਐਲ ਏ ਐਕਸ ਐਮ ਐਲ ਏ ਉਹ ਤਾਂ ਚੰਡੀਗੜ੍ਹ ਤੇ ਦਫ਼ਤਰ ਮੌਜੂਦ ਸੀ ਸੋ ਜਿਹੜੀ ਲੀਡਰਸ਼ਿਪ ਦੇਖੋ ਅਗਰ ਲੀਡਰਸ਼ਿਪ ਦੇ ਵਿੱਚ ਕੋਈ ਸਵਾਲ ਨੇ ਅਗਰ ਲੀਡਰਸ਼ਿਪ ਆਪਣੇ ਕੋਈ ਵਿਚਾਰ ਰੱਖਣਾ ਚਾਹੁੰਦੀ ਹੈ ਤਾਂ ਉਹਦਾ ਪਲੈਟਫਾਰਮ ਸਹੀ ਹੋਣਾ ਚਾਹੀਦਾ ਔਰ ਇਹ ਜਿਹੜੇ ਵਿਚਾਰ ਨੇ ਇਹ ਪਾਰਟੀ ਦੇ ਮੁੱਖ ਦਫ਼ਤਰ ਆ ਕੇ ਰੱਖੇ ਜਾ ਸਕਦੇ ਜੇ ਠੀਕਾ ਗੱਲ ਨਾ ਸੁਣੀ ਜਾਂਦੀ ਤਾਂ ਵਾਕ ਆਊਟ ਵੀ ਹੋ ਸਕਦਾ ਸੀ ਪਰ ਕਿਉਂਕਿ ਉੱਥੇ ਪਤਾ ਸੀ ਕਿ ਉੱਥੇ ਬਹੁਮਤ ਹੈ ਉੱਥੇ ਪਾਰਟੀ ਦਾ ਇੱਕ ਵੱਡਾ ਧੜਾ ਇਹ ਗੱਲ ਸਮਝਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੋਟਰਾਂ ਨੂੰ ਮੋਬਾਈਲਾਈਜ਼ ਕਰਨ 'ਚ ਕੋਈ ਕਸਰ ਨਹੀਂ ਛੱਡੀ ਔਰ ਬੀਬੀ ਜੀ ਨੇ ਵੀ ਮੰਨਿਆ ਕਿ ਨਹੀਂ ਛੱਡੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇਕੱਲਾ ਸਵਾਲ ਖੜਾ ਕਰ ਦੇਣਾ ਇਹ ਜ਼ਿਆਤੀ ਹੈ ਔਰ ਇੱਕ ਮੈਂ ਤਿਆਗ ਦੀ ਗੱਲ ਜ਼ਰੂਰ ਕਰੂੰਗਾ ਦੇਖੋ ਮੈਂ ਤਿਆਗ ਦੀ ਗੱਲ ਵੀ ਕਰਦੇ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਸਾਰਿਆਂ ਦਾ ਸਾਡੇ ਵੱਡੇ ਨੇ ਇਹਨਾਂ ਨੇ ਤਾਂ ਸਾਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਪਰ ਜਦੋਂ ਤਿਆਗ ਦੀ ਗੱਲ ਹੋਈ ਇੱਕ ਲੀਡਰ ਉਥੇ ਜੇ ਵੀ ਸੀ ਜਿਹੜੇ ਲਗਾਤਾਰ 4 ਜ਼ਿਲ੍ਹਿਆਂ ਦੇ ਵਿੱਚੋਂ 8-9 ਇਲੈਕਸ਼ਨਾਂ ਹਾਰ ਚੁੱਕੇ ਨੇ ਉਹਨਾਂ ਨੇ ਕਦੇ ਤਿਆਗ ਦੀ ਗੱਲ ਕਿਉਂ ਨਹੀਂ ਕੀਤੀ ਕਿਉਂ ਨਹੀਂ ਕਿਹਾ ਕਿ ਭਾਈ ਹੁਣ ਕਿਸੇ ਨੌਜਵਾਨ ਨੂੰ ਅੱਗੇ ਮੌਕਾ ਦੇ ਦਿਓ ਪਾਰਟੀ ਨੇ ਤਾਂ ਕਦੇ ਉਹਨਾਂ ਸਿਰ ਹਾਰ ਦਾ ਠੂਣਾ ਨਹੀਂ ਬੰਨਿਆ 2007 ਦੇ ਵਿੱਚ ਜਦੋਂ ਪਾਰਟੀ ਦੀ ਚੜ੍ਹਦੀ ਕਲਾਸੀ ਪਾਰਟੀ ਲਗਾਤਾਰ ਇਲੈਕਸ਼ਨਾਂ ਜਿੱਤ ਰਹੀ ਸੀ 10 ਸਾਲ ਸਰਕਾਰ ਚਲਾਈ ਉਦੋਂ ਵੀ بڑے ਲੀਡਰਸ਼ਿਪਾਂ ਨਾਲ ਇਲੈਕਸ਼ਨਾਂ ਆ ਰਹੀਆਂ ਉਸ ਚੜ੍ਹਦੀ ਕਲਾ ਦੀ ਵੇਵ ਦੇ ਵਿੱਚ ਵੀ ਆ ਰਹੀਆਂ ਪਾਰਟੀ ਨੇ ਤਾਂ ਕਦੇ ਸਵਾਲੀਆਂ ਨਹੀਂ ਖੜਾ ਚਲੋ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਇੱਕ ਕੱਲਾ ਲੀਡਰਸ਼ਿਪ ਤੇ ਸਵਾਲ ਚੱਕ ਕੇ ਜਿਹੜੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਉਹ ਹਰ ਇੱਕ ਦੀ ਹੈ ਉਹ ਮੇਰੇ ਵਰਗੇ ਇੱਕ ਛੋਟੇ ਵਰਕਰ ਦੀ ਵੀ ਹੈ ਤੇ ਆਪਾਂ ਚਰਚਾ ਨੂੰ ਅੱਗੇ ਵਧਾਈਏ ਮੈਂ ਕਹਿੰਦਾ ਸਭ ਤੁਹਾਡਾ ਤੁਹਾਡਾ ਪੁਆਇੰਟ ਆ ਤੁਹਾਡਾ ਪੁਆਇੰਟ ਆਇਆ ਤੁਸੀਂ ਜਿਹੜੇ ਲੀਡਰ ਦਾ ਜ਼ਿਕਰ ਕਰ ਰਹੇ ਹੋ ਅਗਰ ਮੈਂ ਗਲਤ ਨਹੀਂ ਤੁਸੀਂ ਨਾਮ ਨਹੀਂ ਲਿਆ ਪਰ ਮੈਨੂੰ ਲੱਗਦਾ ਤੁਸੀਂ ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ ਜ਼ਿਕਰ ਕਰ ਰਹੇ ਹੋ ਠੀਕ ਹੈ ਤੁਸੀਂ ਨਾਮ ਨਹੀਂ ਲੈ ਰਹੇ ਮੈਂ ਬੀਬੀ ਜਗੀਰ ਕੌਰ ਜੀ ਦਾ ਇੱਕ ਰਿਐਕਸ਼ਨ ਲੈ ਲਵਾਂ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਜੀ ਵੀ ਜੁੜ ਚੁੱਕੇ ਨੇ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਕਿਉਂਕਿ ਬੀਜੇਪੀ ਨੂੰ ਮਾਸਟਰਮਾਈਂਡ ਦੱਸਿਆ ਜਾ ਰਿਹਾ ਕਿ ਬੀਜੇਪੀ ਸਭ ਕੁਝ ਕਰਵਾ ਰਹੀ ਹੈ ਇਸ ਕਰਕੇ ਬੀਜੇਪੀ ਦੇ ਨੁਮਾਇੰਦੇ ਦਾ ਅੱਜ ਹੋਣਾ ਬਹੁਤ ਜ਼ਰੂਰੀ ਸੀ ਬਲੀਏਵਾਲ ਸਾਹਿਬ ਸਾਡੇ ਨਾਲ ਜੁੜ ਰਹੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਥੋੜਾ ਇੰਤਜ਼ਾਰ ਕਰਿਓ ਮੈਂ ਆ ਰਿਹਾ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਵੀ ਆ ਰਹੇ ਆ ਬੀਬੀ ਜਗੀਰ ਕ ਨੋ ਇੱਕ ਰਿਐਕਸ਼ਨ ਤੁਹਾਡਾ ਬਹੁਤ ਜ਼ਰੂਰੀ ਹੈ ਦੇਖੋ ਇੱਥੇ ਗੱਲ ਹੋ ਰਹੀ ਹੈ ਕਿ ਜੇ ਤੁਹਾਨੂੰ ਕੋਈ ਗਿਲੇ ਸ਼ਿਕਵੇ ਸੀ ਤੁਸੀਂ ਚਾਹੁੰਦੇ ਹੋ ਕਿ ਪ੍ਰਧਾਨ ਬਦਲ ਦਿੱਤਾ ਜਾਵੇ ਜਵਾਬਦੇਹੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਤਾਂ ਕਿ ਪਾਰਟੀ ਪਲੇਟਫਾਰਮ ਦੇ ਉੱਤੇ ਗੱਲ ਨਹੀਂ ਰੱਖੀ ਜਾ ਸਕਦੀ ਸੀ ਜਾਂ ਤੁਸੀਂ ਰੱਖੀ ਦੇਖੋ ਅੱਜ ਕੋਈ ਨਵੀਂ ਗੱਲ ਨਹੀਂ ਹੈ ਪਾਰਟੀ ਪਲੇਟਫਾਰਮ ਤੇ ਗੱਲ ਰੱਖਦਿਆਂ ਨੂੰ ਤਕਰੀਬਨ 7-8 ਸਾਲ ਹੋ ਚੱਲੇ ਹੈ ਜੀ ਸਨ 15 ਤੋਂ ਲੈ ਕੇ ਸਾਰੇ ਵਰਕਰ ਬੋਲ ਰਹੇ ਆਂ ਔਰ ਮੈਂ ਜੇ ਗਲਤ ਨਾ ਹੋਵਾਂ ਜਿੰਨੇ ਤੁਹਾਡੇ ਕੋਲ ਬੈਠੇ ਆ ਮੇਰਾ ਵੀਰ ਹੈ ਛੋਟਾ ਅਰਸ਼ ਹਮ ਬੱਚਾ ਵੀ ਹੈ ਮੇਰਾ ਸਭਿਲੋ ਬੱਚੇ ਵਰਗੇ ਹੀ ਆ ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਮੁਖ ਬੁਲਾ ਰਹੇ ਨੇ ਉਹਨਾਂ ਦੇ ਬੁਲਾ ਰਹੇ ਨੇ ਇਹਨਾਂ ਨੇ ਆਪਣੀ ਗੱਲ ਉਹਨਾਂ ਦੇ ਅਨੁਸਾਰ ਕਹਿਣੀ ਹੈ ਮੈਨੂੰ ਦੁੱਖ ਹੁੰਦਾ ਜਦੋਂ ਇਹ ਗੱਲ ਕਹਿ ਦਿੰਦੇ ਜਦੋਂ ਕੋਈ ਬੋਲਦਾ ਉਦੋਂ ਕਹਿੰਦੇ ਆ ਕਿ ਇਹ ਬੀਜੇਪੀ ਦੇ ਇਸ਼ਾਰੇ ਤੇ ਚੱਲਦੇ ਆ ਜਦੋਂ ਕੋਈ ਬੋਲਦਾ ਉਦੋਂ ਕਹਿੰਦੇ ਜੀ ਇਹਨਾਂ ਨੂੰ ਸਰਕਾਰੀ ਏਜੰਸੀਆਂ ਚੱਕ ਰਹੀਆਂ ਇਹਦਾ ਮਤਲਬ ਜਿੰਨਾ ਪੰਥ ਦਾ ਕਹਨ ਹੋਇਆ ਜਿੰਨਾ ਪੰਥ ਨੁਕਸਾਨ ਹੋਇਆ ਇਹ ਲਗਾਤਾਰ 79 ਤੋਂ ਲੈ ਕੇ ਭਾਜਪਾ ਦੇ ਨਾਲ ਰਹੇ ਹੈ ਕਿ ਬਾਦਲ ਸਾਹਿਬ ਨੇ ਉੱਥੇ ਰਹਿੰਦੀਆਂ ਸਰਕਾਰ ਵਿੱਚ ਜਾਂ ਹਰ ਸਿਮਿਤ ਰਹੀ ਹੈ ਸਰਕਾਰ ਦੇ ਵਿੱਚ ਜਾਂ ਬਾਦਲ ਸਾਹਿਬ ਦਾ ਗੱਠ ਜੋੜ ਰਿਹਾ ਹੈ ਜਾਂ ਸਰਕਾਰ ਵਿੱਚ ਰਹੇ ਆ ਉਹ ਸਾਰਾ ਕਹਨ ਭਾਜਪਾ ਦੇ ਕਹਿੰਤੇ ਕੀਤਾ ਜੀ ਕਿ ਉਹਨਾਂ ਏਜੰਸੀਆਂ ਦੇ ਕਹਿੰਤੇ ਕੀਤਾ ਇਹਦਾ ਮਤਲਬ ਕਿ ਇਹਨੂੰ ਤਜਰਬਾ ਹੈ ਕਿ ਜਦੋਂ ਪੰਥ ਦਾ ਕਹਨ ਕਰਨਾ ਹੈ ਜਦੋਂ ਸ਼੍ਰੋਮਣੀ ਕਾਲਦਾਨ ਦਾ ਨੁਕਸਾਨ ਕਰਨਾ ਹੈ ਉਹ ਉਹਦੇ ਅਨੁਸਾਰ ਕਰਨਾ ਪਰ ਇੱਕ ਮੈਂ ਤੋਂ ਨਸਤ ਨਹੀਂ ਹੈ ਜੇ ਪਿਛਲੀ ਵਾਰੀ ਮੈਂ ਸਿਧਾਂਤਤਾ ਦੀ ਗੱਲ ਕੀਤੀ ਫਲਸਫੇ ਦੀ ਗੱਲ ਕੀਤੀ ਜਾਂ ਮੈਂ ਮर्यादा ਦੀ ਗੱਲ ਕੀਤੀ ਸ਼੍ਰੋਮਣੀ ਕਮੇਟੀ ਆਜ਼ਾਦ ਹਸਤੀ ਦੀ ਗੱਲ ਕੀਤੀ ਸ਼੍ਰੀ ਅਕਾਲਤਾਸ ਸਾਹਿਬ ਜੀ ਦੀ ਹੋਣ ਦੀ ਗੱਲ ਕੀਤੀ ਉਦੋਂ ਵੀ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਤਾਂ ਭਾਜਪਾ ਦੇ ਅੱਥਰੂ ਖੇਡਦੀ ਹੈ ਇਹ ਤਾਂ ਫਰਾਨੀ ਗੱਲ ਕਰਦੇ ਇਹ ਗੱਲ ਕਹਿ ਕੇ ਇਹਨਾਂ ਦਾ ਛੁਟਕਾਰਾ ਨਹੀਂ ਹੋਣਾ ਕਿਉਂਕਿ ਪੰਜਾਬ ਦੀ ਆਵਾਜ਼ ਆਈ ਸੀ ਝੁੰਡਾ ਕਮੇਟੀ 'ਚ ਉਸ ਦੇ ਵਿੱਚ ਤੇ ਭਾਜਪਾ ਦਾ ਹੱਥ ਨਹੀਂ ਸੀ ਉਦੋਂ ਵੀ ਤੇ ਸਾਰੇ ਮੈਂਬਰ ਜਦੋਂ ਗਏ ਸੀ ਹਰ ਹਲਕੇ 'ਚ ਗਏ ਸੀਗੇ ਸਾਚੂਂਦਾ ਸਾਹਿਬ ਉਹਦੇ ਚੇਅਰਮੈਨ ਸੀ ਬਨਾਲਾ ਸਾਹਿਬ ਸੀ ਇਆਲੀ ਸਾਹਿਬ ਸੀ ਬੰਟੀ ਰਮਾਣਾ ਸੀ ਮਟੋਵਾ ਸਾਹਿਬ ਸੀ ਹੋਰ ਬਰੇ ਸੁਖੀ ਸੁਖੀ ਡਾਕਟਰ ਸੁਖੀ ਸੀ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਨਾਲ ਹੋਰ ਸਾਥੀ ਸਰ ਕਿ ਉਦੋਂ ਦੀ ਉਦੋਂ ਉਹਨਾਂ ਨੇ ਕਿਹਾ ਕਿ ਇਹ ਭਾਜਪਾ ਨੇ ਸਾਰਾ ਕੁਝ ਕਰਾਇਆ ਉਦੋਂ ਲੋਕਾਂ ਦੀ ਆਵਾਜ਼ ਸੀ ਉਹ ਲੋਕਾਂ ਦੀ ਆਵਾਜ਼ ਜਦ ਤੱਕ ਅਸੀਂ ਨਹੀਂ ਸੁਣਾਂਗੇ ਜਦ ਤੱਕ ਅਸੀਂ ਲੋਕਾਂ ਦੀ ਆਵਾਜ਼ ਨੂੰ ਮੰਨਾਂਗੇ ਨਹੀਂ ਲੋਕ ਸਾਡੇ ਵੱਲ ਕਿਉਂ ਆਉਣਗੇ ਉਹਨਾਂ ਨੂੰ ਗੁੱਸਾ ਹੀ ਇਹ ਹੈ ਕਿ ਸਾਡੇ ਕੋਲੋਂ ਕਿਉਂ ਤੁਸੀਂ ਬਿਆਨ ਲਏ ਸੀ ਤੁਸੀਂ ਤੁਸੀਂ ਸਾਡੇ ਕੋਲ ਕੋਈ ਕੋਸ਼ਿਸ਼ ਕਰ ਰਹੇ ਹੋ ਕਿ ਜੇ ਪ੍ਰਧਾਨਗੀ ਚੱਡਣ ਵਾਲੀ ਗੱਲ ਇਹ ਵਰਕਰਾਂ ਦੀ ਆਵਾਜ਼ ਹੈ ਸਾਡੇ ਵੀਰਾਂ ਦੇ ਨਾਲ ਤੁਸੀਂ ਕਹਿ ਰਹੇ ਹੋ ਵਰਕਰਾਂ ਦੀ ਆਵਾਜ਼ ਆ ਉਹ ਕਹਿੰਦੇ 95% ਸਾਡੇ ਨਾਲ 99% ਲੀਡਰ ਸਾਡੇ ਨਾਲ ਨੇ ਕੱਲੀ ਕੱਲੀ ਕੋਈ ਕੋਈ ਗੱਲ ਦੀ ਜੀ ਇਹ ਸਟਰਕਚਰ ਜਿਹੜਾ ਪਹਿਲਾਂ ਪੰਕ ਕੀਤਾ ਗਿਆ ਸੀ ਇੱਕ ਗੱਲ ਮੰਨੀ ਸੀ ਝੂਂਦਾ ਕਿ ਮਿੱਕੀ ਦੀ ਇਹ ਸਾਰਾ ਸਟਰਕਚਰ ਪੰਕ ਕਰ ਦਿੱਤਾ ਜਾਵੇ ਉਹ ਬਾਦਲ ਸਾਹਿਬ ਨੇ ਪੰਕ ਕਰ ਦਿੱਤਾ ਸੀ ਜੇਕਰ ਇਕੱਲੇ ਪ੍ਰਧਾਨ ਰਹੇਗੇ ਸੀਗੇ ਉਤੋਂ ਬਾਅਦ ਨਾ ਕੋਈ ਵਰਕੇ ਕਮੇਟੀ ਦੁਆਰਾ ਬਣੀ ਨਾ ਕੋਈ ਅ ਮੀਤ ਪ੍ਰਧਾਨ ਪ੍ਰਧਾਨ ਜਾਂ ਕੋਈ ਹੋਰ ਦੂਜੇ ਬਣੇ ਤੇ ਨਾ ਹੀ ਕਿਸੇ ਸਿਸਟਮ ਵਿੱਚ ਆ ਕੇ ਇਹ ਭਰਤੀ ਕੀਤੀ ਗਈ ਸਿੱਧੀ ਨੋਮੀਨੇਸ਼ਨ ਜਿਹੜੀ ਸੀ ਪ੍ਰਧਾਨ ਨੇ ਕੱਲਿਆ ਕੀਤੀ ਹੂੰ ਸੋ ਮੈਂ ਸਿਮਤੀਏ ਕਿ ਪਾਰਟੀ ਨੂੰ ਪਤਾ ਹੀ ਨਹੀਂ ਸਾਨੂੰ ਤੇ ਇਹ ਨਹੀਂ ਪਤਾ ਥੋਕ ਦੇ ਭਾਅ ਦੇ ਉੱਤੇ ਪੀਐਸਸੀ ਕਮੇਟੀ 300 ਦੀ ਮੀਤ ਪ੍ਰਧਾਨ 400 ਹੋ ਗਿਆ ਸੀਨੀਅਰ ਮੀਤ ਪ੍ਰਧਾਨ ਇੰਨੇ ਹੋ ਗਏ ਪਤਾ ਨਹੀਂ ਕਿਹੜੇ ਕਿਹੜੇ ਜਨਰਲ ਸੀ ਜਾਣਦੇ ਵੀ ਚੌਥੀ ਕਤਾਰ ਵਿੱਚੋਂ ਚੁੱਕ ਚੁੱਕ ਕੇ ਇਹ ਸਾਰਾ ਕੁਝ ਕੀਤਾ ਗਿਆ ਕਿ ਸਾਡਾ ਸੰਵਿਧਾਨ ਹੈ ਚਲੋ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਪੱਛਰ ਸੰਧੀਆਂ ਥੋੜੇ ਅੱਗੇ ਅੱਗੇ ਤੋਰਿਏ ਸੰਵਿਧਾਨ ਦੇ ਅਨੁਸਾਰ ਚਲੋ ਬਹੁਤ ਸਹੀ ਮੈਂ ਮੈਂ ਨਹੀਂ ਕਿ ਮੈਂ ਨਹੀਂ ਕਹਿੰਦੀ ਕਿ ਭਾਰਤੀ ਦੇ ਪ੍ਰਧਾਨ ਤੇ ਅਹੁਦਾ ਦੇਵੇ ਪਰ ਮੈਂ ਕਹਿੰਦੀ ਕਿ ਲੋਕਾਂ ਦੀ ਆਵਾਜ਼ ਜਿਹੜੀ ਉਹ ਤੇ ਪੂਰੀ ਕਰੇ ਹੂੰ ਠੀਕ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਹਾਂ ਮੈਂ ਇੱਕ ਵਾਰੀ ਬਾਕੀ ਮਹਿਮਾਨਾਂ ਦਾ ਵੀ ਰੁਕ ਕਰ ਲਵਾਂ ਪ੍ਰੋਫੈਸਰ ਸਾਹਿਬ ਤੇ ਬਲੀਵਾਲ ਸਭ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਸਾਹਿਬ ਅਕਾਲੀ ਦਲ ਦੇ ਅੰਦਰ ਹੋਈ ਇਸ ਬਗਾਵਤ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੂਜਾ ਪੁਆਇੰਟ ਕਿਉਂਕਿ ਲੋਕ ਇਸ ਸਮੇਂ ਵੀ ਸਮਝਣਾ ਤੇ ਜਾਣਨਾ ਚਾਹੁੰਦੇ ਨੇ ਜੋ ਮੈਂ ਪਹਿਲਾਂ ਵੀ ਗੱਲ ਕਹੀ ਕਿਸ ਸਮੇਂ ਸਮੇਂ ਤੇ ਬਾਗੀਸੁਰ ਉੱਠੇ ਨੇ ਖਾਸ ਤੌਰ ਤੇ 2017 ਦੇ ਇਲੈਕਸ਼ਨ ਤੋਂ ਬਾਅਦ ਫਿਰ ਉਸ ਤੋਂ ਪਹਿਲਾਂ ਵੀ ਸੀ ਕੁਝ ਵੱਖ ਹੋ ਗਏ ਕੁਝ ਵੱਖ ਪਾਰਟੀ ਅਕਾਲੀ ਦਲ ਇੱਕ ਵੱਖਰਾ ਬਣਾਉਣ ਦੀ ਕੋਸ਼ਿਸ਼ ਹੋਈ ਪਰ ਬਹੁਤੇ ਸਿਆਸੀ ਤੌਰ ਤੇ ਕਾਮਯਾਬ ਨਹੀਂ ਹੋਏ ਇਸ ਵਾਰ ਦੀ ਬਗਾਵਤ ਕੀ ਵੱਖਰੀ ਨਜ਼ਰ ਆਉਂਦੀ ਹੈ ਤੇ ਇਸ ਦਾ ਅੰਜਾਮ ਕੀ ਨਜ਼ਰ ਆਉਂਦਾ ਮੇਰੇ ਕੋਲ ਤਾਂ ਕੋਈ ਮੈਨੂੰ ਕੋਈ ਬਹੁਤਾ ਚੰਗਾ ਤੇ ਨਹੀਂ ਆ ਅਕਾਲੀ ਦਲ ਦੀ ਪਾਰਟੀ ਲਈ ਐਜ਼ ਅ ਹੋਲ ਵੀ ਤੇ ਬਾਗੀਆਂ ਲਈ ਤੇ ਬਿਲਕੁਲ ਹੀ ਕੋਈ ਬਹੁਤਾ ਚੰਗਾ ਨਹੀਂ ਨਿਕਲਣਾ ਜੀ ਸਵਾਲ ਇਹ ਹੁੰਦਾ ਆ ਕਿ ਜਦੋਂ ਤੇ ਪਾਰਟੀ ਪਾਰਟੀ ਦੀ ਚੜਤ ਹੁੰਦੀ ਆ ਜਦੋਂ ਤੇ ਸੱਤਾ ਕੋਲ ਹੁੰਦੀ ਆ ਦੋ ਵਾਰੀ ਦੋ ਵਾਰੀ ਸੱਤ ਸੱਤ ਤੋਂ 12 12 ਤੋਂ 17 ਤੱਕ ਸੱਤਾ ਦਾ ਆਨੰਦ ਇਹਨਾਂ ਸਾਰਿਆਂ ਨੇ ਮਾਣਿਆ ਹਮਮ ਔਰ ਉਦੋਂ ਭਾਜੀਪੀ ਬੜੀ ਚੰਗੀ ਲੱਗਦੀ ਸੀ ਭਾਜੀਪੀ ਨਾਲ ਪਿਆਰਖਿੰਗਾ ਝੂਟਦੇ ਵੀ ਸੀਗੇ ਇਹਨਾਂ ਸਾਰਿਆਂ ਨੂੰ ਅਕਾਲੀ ਦਲ ਨੂੰ ਐਜ਼ এ ਹੋਲ ਮੇਰਾ ਇੱਕ ਸਵਾਲ ਇਹ ਹੈ ਕਿ ਭਾਈ ਤੁਸੀਂ ਭਾਜਪਾ ਦੇ ਪੰਘੂੜੇ ਤੇ ਚੜੇ ਰਹੇ ਇੰਨੇ ਸਾਲ ਤੇ ਸਾਰੇ ਸੱਤਾ ਮਾਨਦੇ ਸੀਗੇ ਤੇ ਕੋਈ ਕਿਸੇ ਨੂੰ ਕਿਸੇ ਦੀ ਇਹ ਦਿੱਕਤ ਨਹੀਂ ਸੀ ਆਉਂਦੀ ਲੀਡਰਸ਼ਿਪ ਦੀ ਵੀ ਦਿੱਕਤ ਨਹੀਂ ਸੀ ਹੋਊਗੀ ਤੇ ਅੰਦਰੋਂ ਅੰਦਰ ਹੀ ਕੁਸਰਤ ਮੋਸਰ ਹੋਊਗੀ ਕਿ ਮੈਨੂੰ ਥੋੜਾ ਜਿਹਾ ਹਿੱਸਾ ਜ਼ਿਆਦਾ ਮਿਲਣਾ ਚਾਹੀਦਾ ਪ੍ਰਧਾਨਗੀ ਨੂੰ ਹੱਥ ਪਾਉਣ ਦੀ ਨਹੀਂ ਹੋਊਗੀ ਜਦੋਂ ਇਹ ਚੱਲਦਾ ਆ ਨਾ ਉਹਨੋਂ ਤੇ ਬਿਲਕੁਲ ਠੀਕ ਆ ਪਰ ਇਹ ਪੁੱਛਣ ਵਾਲਾ ਸਵਾਲ ਜਨਤਾ ਤੇ ਪੁੱਛਦੀ ਆ ਨਾ ਸਾਨੂੰ ਦੱਸੋ ਕਿ ਕਿਹੜੇ ਸੂਤਰਾਂ ਦੇ ਤਹਿਤ ਤੁਹਾਡਾ ਉਹਨਾਂ ਨਾਲ ਸਮਝੌਤਾ ਸੀ ਕੀ ਤੁਹਾਡੀ ਵਿਚਾਰਧਾਰਾ ਮਿਲਦੀ ਸੀ ਤੁਹਾਡੇ ਊਸੂਲ ਮਿਲਦੇ ਸੀ ਉਹ ਇੱਕ ਬਹੁ ਗਿਣਤੀ ਦੀ ਇੱਥੇ ਡੋਮਿਨੇਸ਼ਨ ਸੰਵਿਧਾਨ ਨੂੰ ਚੁਣੌਤੀ ਦੇ ਕੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤੁਸੀਂ ਸਿੱਖ ਊਸੂਲਾਂ ਦੀ ਗੱਲ ਕਰਦੇ ਆ ਬੀਬੀ ਉਹਨਾਂ ਨੇ ਕਿੰਨਾ ਲੰਮਾ ਚੌੜਾ ਲੈਕਚਰ ਦਿੱਤਾ ਹੁਣ ਸਾਨੂੰ ਵੀ ਸਿੱਖ ਕੀ ਆ ਧਰਮ ਕੀ ਆ ਪੰਥ ਕੀ ਆ ਪਈ ਉਹ ਕਿਹੜੇ ਸਮਝੌਤੇ ਤਹਿਤ ਇੰਨਾ ਚਿਰ ਤੁਸੀਂ ਸੱਤਾ ਚ ਸਾਂਝੇ ਤੌਰ ਤੇ ਆਨੰਦ ਮਾਣਦੇ ਰਹੇ ਆ ਉਹਦਾ ਖਮਿਆਜਾ ਹੁਣ ਭੁਗਤ ਰਹੇ ਆ ਸਾਰੇ ਪ੍ਰੋਫੈਸਰ ਜੀ ਸਭ ਭਾਜਪੀ ਤੇ ਇਕਾਲੀ ਦਲ ਪਹਿਲਾਂ ਕਹਿੰਦੇ ਆਏ ਨੇ ਕਿ ਇਹ ਪੰਜਾਬੀ ਭਾਈਚਾਰੇ ਸੰਜ ਦੇ ਲਈ ਜ਼ਰੂਰੀ ਹੈ ਜਿਹੜਾ ਗੜਬੰਦਨ ਰਿਹਾ ਭਾਈ ਸਾਹਿਬ ਬਿਲਕੁਲ ਜ਼ਰੂਰੀ ਆ ਪਰ ਸਿੱਖੀ ਕਿੱਥੇ ਦੇ ਵਿਰੋਧ ਵਿੱਚ ਹੈਗੀ ਆ ਉਹ ਤੇ ਜੇ ਕਿਸੇ ਬੰਦਿਆਂ ਨੇ ਕਿਸੇ ਨੇ ਹੋਰ ਨੇ ਆਪਣੇ ਲੱਗ ਰਸਤਾ ਨਾਪ ਕੇ ਕੁਝ ਕੀਤਾ ਤੁਸੀਂ ਕਿਸਾਨਾਂ ਦਾ ਅੰਦੋਲਨ ਨਹੀਂ ਦੇਖਿਆ ਕਿੱਥੇ ਕਿਸੇ ਨੇ ਇੱਕ ਪੱਥਰ ਵੀ ਕਿਸੇ ਦੇ ਮਾਰਿਆ ਕਿਸਾਨ ਕੌਣ ਸੀਗੇ ਪੰਜਾਬ ਦੇ ਜ਼ਿਆਦਾਤਰ ਸਿੱਖ ਪ੍ਰੈਜ਼ੈਂਟਰੀ ਸੀਗੀ ਨਾ ਉਥੇ ਕੋਤੇ ਕੋਈ ਪੜੇ ਲਿਖੇ ਜਾਂ ਪਾਰਟੀ ਵੀ ਨਹੀਂ ਸੀਗੀ ਇਸ ਲਈ ਸਿੱਖੀ ਊਸੂਲਾਂ ਦੇ ਵਿੱਚ ਕਿਸੇ ਧਰਮ ਦੇ ਨਾਲ ਨਫ਼ਰਤ ਕਿਸੇ ਜਾਤ ਦੇ ਨਾਲ ਨਫ਼ਰਤ ਔਰਤ ਦੀ ਇੱਜ਼ਤ ਨੂੰ ਉੱਚਾ ਰੱਖਣਾ ਇਹ ਸਾਰਾ ਕੁਝ ਲਿਖਿਆ ਹੋਇਆ ਤੁਸੀਂ ਉਹਨਾਂ ਊਸੂਲਾਂ ਦੇ ਨਾਲ ਜਿਹੜੀ ਵੀ ਤੁਹਾਨੂੰ ਪਾਰਟੀ ਦਾ ਪੋਲਿਟਿਕਸ ਮਿਲਦੀ ਸੀ ਤੇ ਜਿੱਤ ਸਦਕੇ ਅੱਜ ਵੀ ਕਰੋ ਕੱਲ ਵੀ ਕਰਦੇ ਕੀਤਾ ਨਹੀਂ ਹੈ ਹੁਣ ਜਦੋਂ ਸੱਤਾ ਤੋਂ ਬਾਹਰ ਆਏ ਤਰਲੋ ਮੱਛੀ ਜਵੇਂ ਮੱਛੀ ਪਾਣੀ ਤੋਂ ਬਾਹਰ ਆ ਟੜਫਦੇ ਆ ਤੇ ਬਿਲਕੁਲ ਇਹ ਲੋਕੀ ਤੇ ਸ਼ੱਕ ਕਰਨਗੇ ਕਿ ਤੁਸੀਂ ਜਿਹੜੇ ਬਾਗੀ ਧੜਾ ਆ ਕਿਉਂਕਿ ਉਹਨਾਂ ਨੂੰ ਹੁਣ ਸੱਤਾ ਤੋਂ ਬਾਹਰ ਆ ਤੇ ਸੱਤਾ 'ਚ ਆਉਣ ਲਈ ਕੋਈ ਨਾ ਕੋਈ ਅਪਰਾਲਾ ਆਇਆ ਤੁਸੀਂ ਕਿਤੇ ਨਾ ਕਿਤੇ ਇਸ਼ਾਰੇ ਦੇ ਉੱਤੇ ਇਸ ਤਰ੍ਹਾਂ ਦਾ ਲੋਕਾਂ ਵੱਲੋਂ ਬਿਲਕੁਲ ਇਹ ਕੀਤਾ ਜਾਊਗਾ ਦੂਜੀ ਗੱਲ ਜੀ ਪਾਰਟੀਆਂ ਅੰਦਰ ਪ੍ਰੋਗਰਾਮ ਹੁੰਦੇ ਆ ਸਾਰੀਆਂ ਪਾਰਟੀਆਂ ਡਿਵਾਈਡ ਹੁੰਦੀਆਂ ਸੀਪੀਆਈ ਸੀਸੀਪੀਐਮ ਬਣੇ ਨਕਸਲਾਈਟ ਬਣੇ 20 ਨਕਸਲਾਈਟ ਬਣੇ ਕਿੰਨਾ ਕੁ ਟੁੱਟ ਹੋਇਆ ਕਾਂਗਰਸ ਦਾ ਕਿੰਨੀ ਵਾਰੀ ਟੁੱਟ ਹੋਇਆ ਬੀਜੇਪੀ ਨੂੰ ਛੱਡ ਲਓ ਉਹਦਾ ਅਜੇ ਨਹੀਂ ਹੋਇਆ ਉਹ ਗਾਂਹ ਹੋ ਜਾਊਗਾ ਅੱਗੇ ਜਾ ਕੇ ਹੋ ਜਾਊਗਾ ਪਰ ਇਹ ਪਾਰਟੀਆਂ ਅੰਦਰ ਹਮੇਸ਼ਾ ਪੋਲਿਟਿਕਸ ਚ ਚੱਲਦਾ ਰਿਹਾ ਇਨਾ ਕਾ ਕਾਲੀ ਦਲ ਚ ਵੀ ਕਿੰਨੀ ਵਾਰੀ ਹੋਇਆ ਪਰ ਅੱਜ ਦੀ ਤਰੀਕ ਦੇ ਵਿੱਚ ਹੁਣ ਸਵਾਲ ਇਹ ਆ ਕਿ ਤੁਸੀਂ ਅੰਦਰ ਰਹਿ ਕੇ ਲੜਾਈ ਕਿਉਂ ਨਹੀਂ ਦਿੰਦੇ ਹੂੰ ਤੁਸੀਂ ਮジョਰਿਟੀ ਚਾਹੋ ਤੁਸੀਂ ਚੰਦੂ ਮਾਜਰੇ ਨੂੰ ਬਣਾਓ ਬੀਬੀ ਜੀ ਖੁਦ ਬੀਜਗੌਰ ਕੋ ਜਗੀਰਕੋਟ ਪ੍ਰਧਾਨ ਬਣਨ ਬੀਬੀ ਬਣ ਕੇ ਸਾਨੂੰ ਬੜਾ ਚੰਗਾ ਲੱਗਾ ਲੱਗੂਗਾ ਪਰ ਤੁਸੀਂ ਉੱਥੇ ਜਾ ਕੇ ਇੱਕ ਢਾਈ ਜਿਹੜੀ ਖਿਚੜੀ ਢਾਈ ਪਾ ਅਲੱਗ ਪਕਾਉਣ ਲੱਗ ਗਏ ਆ ਤੇ ਜਾ ਕੇ ਅਕਾਲ ਤਖਤ ਦੇ ਉੱਥੇ ਜਾ ਕੇ ਇਹਦੇ ਚ ਬਿਲਕੁਲ ਮੈਂ ਸਹਿਮਤ ਹਾਂ ਕਲੇਰ ਦੇ ਨਾਲ ਕਿ ਸਾਨੂੰ ਇਹ ਬਿਲਕੁਲ ਸਮਝ ਹੀ ਨਹੀਂ ਆ ਰਹੀ ਕਿ ਤੁਸੀਂ ਅਕਾਲੀ ਦਲ ਨੂੰ ਇਸ ਕਦਰ ਜਿਹੜੀ ਕਿ ਇੰਨੀ ਇਤਿਹਾਸਿਕ ਪਾਰਟੀ ਜਿਹਦੇ ਇੰਨੇ ਤੁਸੀਂ ਹੁਣ ਖੁਦ ਤਰੀਫਾਂ ਕੀਤੀਆਂ ਇਸ ਕਦਰ ਨੂੰ ਤੋੜਨ ਵਾਲੇ ਚੱਲੋਗੇ ਤੁਸੀਂ ਇਸ ਕਦਰ ਲੋਕਾਂ ਨੂੰ ਜਿਹੜੀ ਉਹਨਾਂ ਦੀ ਆਕੰਖਸ਼ਾਵਾਂ ਜਾਂ ਇਸ ਤਰ੍ਹਾਂ ਆਤਾ ਹਾਂ ਕਰੋਗੇ ਹਾਤ ਕਰੋਗੇ ਠੀਕ ਚਲੋ ਮੈਂ ਮੈਂ ਪ੍ਰੋਫੈਸਰ ਸਾਹਿਬ ਜਵਾਬ ਲੈਣਾ ਪਰ ਇੱਕ ਵਾਰੀ ਮੈਂ ਬਲੀਵਾਲ ਸਾਹਿਬ ਦਾ ਰੁਕ ਕਰ ਲਵਾਂ ਮੈਂ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਬਲੀਵਾਲ ਸਾਹਿਬ ਤੁਹਾਡੇ ਉੱਤੇ ਬੀਜੇਪੀ ਤੇ ਇਲਜ਼ਾਮ ਲੱਗ ਰਹੇ ਨੇ ਕਿ ਜੋ ਸਭ ਕੁਝ ਬਗਾਵਤ ਹੋ ਰਹੀ ਹੈ ਜਿਹੜੇ ਬੱਗੀਸੁਰ ਆਪਣਾਈ ਹੋਏ ਨੇ ਜਲੰਧਰ ਚ ਮੀਟਿੰਗ ਕਰਦੇ ਨੇ ਇਸ ਦੇ ਪਿੱਛੇ ਬੀਜੇਪੀ ਖੜੀ ਹੈ ਤੇ ਮੀਟਿੰਗ ਦੇ ਅੰਦਰ ਚੰਡੀਗੜ੍ਹ ਵਾਲੀ ਮੀਟਿੰਗ ਦੇ ਅੰਦਰ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਜੋ ਜਾਣਕਾਰੀ ਹੈ ਵੀਰ ਬਾਦਲ ਉਹਨਾਂ ਦੇ ਵੱਲੋਂ ਕਿ ਮਹਾਰਾਸ਼ਟਰ ਤੋਂ ਸਬਕ ਲਿਆ ਜਾਵੇ ਪੰਜਾਬ ਦੇ ਜਿਹੜੇ ਅਕਾਲੀ ਲੀਡਰ ਨੇ ਉਹ ਮਹਾਰਾਸ਼ਟਰ ਤੋਂ ਸਬਕ ਲੈਣ ਕਿ ਕਿਵੇਂ ਉੱਥੇ ਤੋੜ ਦਿੱਤੀ ਗਈ ਬੀਜੇਪੀ ਦੇ ਵੱਲੋਂ ਸ਼ਿਖ세ਨਾ ਉਹੀ ਕੰਮ ਹੁਣ ਅਕਾਲੀ ਦਲ ਦੇ ਨਾਲ ਬੀਜੇਪੀ ਕਰ ਰਹੀ ਹੈ ਦੇਖੋ ਗੱਲ ਇਹ ਹੈ ਕਿ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਨੂੰ ਕਹਿਣਾ ਚਾਹਦਾ ਕਿ ਜਿਹੜਾ ਸਾਨੂੰ ਨਜ਼ਰ ਆ ਲਉਦੇ ਨੇ ਉਹਨੇ ਪਹਿਲਾਂ ਹੀ ਕਾਲੇ ਕੱਪੜੇ ਪਾਏ ਹੋਏ ਆ ਚੰਗੀ ਗੱਲ ਆ ਨਜ਼ਰ ਸਾਡੇ ਤੇ ਲੱਗਣ ਵਾਲੀ ਦੀ ਇਹ ਤਾਂ ਦੀ ਦੂਜੀ ਗੱਲ ਜਿਹੜਾ ਅਕਾਲੀ ਦਲ ਹੈਗਾ ਉਹ ਇੱਕ ਪਛੋਕੜ ਹੈ ਸ਼ਹਾਦਤਾਂ ਦਿੱਤੀਆਂ ਜਦੋਂ ਐਸਜੀਪੀਸੀ ਦੇ ਉੱਪਰ ਮਹੰਤਾ ਤੋਂ ਕਬਜ਼ਾ ਲਿਆ ਗਿਆ ਐਸਜੀਪੀਸੀ ਬਣੀ ਉਹ ਇੱਕ ਬਹੁਤ ਲੰਬਾ ਚੌੜਾ ਇਤਿਹਾਸ ਹੈ ਅਕਾਲੀ ਦਲ ਦਾ ਉਹ ਕੁਰਬਾਨੀਆਂ ਦੇਣ ਵਾਲੀ ਜਥੇਬੰਦੀ ਅੱਜ ਕਿੱਥੇ ਆ ਕੇ ਖੜੀ ਹੋ ਗਈ ਉਸ ਤੇ ਸਵਾਲੀਆ ਚਿੰਨ੍ਹ ਲੱਗਨੇ ਬੰਦੇ ਨੇ ਉਹਦੀ ਲੀਡਰਸ਼ਿਪ ਤੇ ਲੱਗ ਰਹੇ ਨੇ ਉਹ ਇਹਨਾਂ ਦਾ ਇੰਟਰਨਲ ਮੈਟਰ ਹੈ ਕਿਉਂਕਿ ਮੈਨੂੰ ਇਹ ਪਤਾ ਹੈ ਕਿ ਜੋ ਚਾਹੇ ਚੰਦੂ ਮਾਹਰਾ ਸਾਹਿਬ ਹੋਣ ਰਖੜਾ ਜੀ ਹੋਣ ਢੀਡਸਾ ਸਾਹਿਬ ਹੋਣ ਸੰਤਾ ਸਿੰਘ ਮੈਤਪੁਰੀ ਜੀ ਹੋਣ ਇਹਨਾਂ ਦੀਆਂ ਉਮਰਾਂ ਬੀਤ ਗਈਆਂ ਅਕਾਲੀ ਦਲ ਦੇ ਵਿੱਚ ਈਵਨ ਬੀਪੀ ਜੀ ਦੀਆਂ ਵੀ ਸੋ ਇਹਨਾਂ ਨੇ ਕੋਈ ਫੈਸਲੇ ਲੈਣ ਦੀ ਗੱਲ ਕੀਤੀ ਆ ਜਾਂ ਇੰਟਰਨਲ ਉਹ ਡੈਮੋਕ੍ਰੇਸੀ ਖਤਮ ਹੁੰਦੀ ਜਾ ਰਹੀ ਆ ਜਿਹੜੀ ਅਕਾਲੀ ਦਲ ਦੇ ਵਿੱਚ ਉਸ ਕਰਕੇ ਇਹ ਬਾਹਰ ਨਿਕਲੇ ਨੇ ਜਿੰਤੋਂ ਤੱਕ ਸਾਡੀ ਗੱਲ ਹੈਗੀ ਆ ਅਸੀਂ ਤਾਂ ਸ਼ੁਕਰ ਮਨਾਉਦੇ ਆ ਕਿ ਸਾਡਾ ਇਹਨਾਂ ਨਾਲ ਉਹ ਦੌਰ ਵਿਛੋੜਾ ਹੋ ਗਿਆ ਵਧੀਆ ਹੋ ਗਿਆ ਉਹਦਾ ਰੀਜ਼ਨ ਇਹ ਆ ਕਿ ਜੋ ਸਤਕਾਰ ਵੱਡੇ ਬਾਦਲ ਸਾਹਿਬ ਦਾ ਬੀਜੇਪੀ ਕਰਦੀ ਸੀ ਜਾਂ ਬੀਜੇਪੀ ਦੀ ਲੀਡਰਸ਼ਿਪ ਕਰਦੀ ਸੀ ਉਹ ਕੋਈ ਨਹੀਂ ਕਰ ਸਕਦਾ ਇਵਨ ਅਕਾਲੀ ਦਲ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਸਿੱਖਾਂ ਦਾ ਇਸ਼ੂ ਹੁੰਦਾ ਸੀ ਸਾਡੀ ਲੀਡਰਸ਼ਿਪ ਆ ਕੇ ਕਹਿੰਦੀ ਸੀ ਬਾਦਲ ਸਾਹਿਬ ਨਾਲ ਗੱਲ ਕਰੋ ਉਹੀ ਇਸ ਚੀਜ਼ ਦਾ ਹੱਲ ਕੱਢਣਗੇ ਤੇ ਹੋਰ ਸਿੱਖਾਂ ਦੇ ਇਸ਼ੂ ਪੈਂਡਿੰਗ ਦੇ ਪੈਂਡਿੰਗ ਪੈਂਡਿੰਗ ਦੇ ਪੈਂਡਿੰਗ ਪੈਂਡਿੰਗ ਦੇ ਪੈਂਡਿੰਗ ਚੱਲੇਗੇ ਹੁਣ ਜਦੋਂ ਤੋਂ ਅਸੀਂ ਇਹਨਾਂ ਤੋਂ ਬਾਹਰ ਆਏ ਆ ਸਿੱਖਾਂ ਨੂੰ ਕੀ ਕੁਝ ਮਿਲਿਆ ਕਰਤਾਰਪੁਰ ਕਾਰਿਡੋਰ ਮਿਲ ਗਿਆ ਵੀਰ ਬਾਲ ਦਿਵਸ ਆ ਗਿਆ ਕਾਲੀ ਸੂਚੀ ਤੋਂ ਸਿੱਖਾਂ ਦੇ ਨਾਮ ਨਿਕਲ ਗਏ ਇਹ ਆਪ ਦੀ ਸਿਆਸਤ ਉਸ ਚੀਜ਼ ਨੂੰ ਲੈ ਕੇ ਕਰਦੇ ਰਹੇ ਹੇਮਕੋਟ ਸਾਹਿਬ ਦਾ ਕਾਰਿਡੋਰ ਹੋ ਗਿਆ ਤੇ ਜਦੋਂ ਅਕਾਲੀ ਦਲ ਦੀ ਗੱਲ ਹੁੰਦੀ ਸੀਗੀ ਉਸ ਵੇਲੇ ਦੋ ਵੱਡੇ ਨਾਮ ਹੁੰਦੇ ਸੀ ਟੋੜਾ ਸਾਹਿਬ ਜਿੱਥੇ ਦਾ ਗੁਰਚਰਨ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਅੱਜ ਉਹ ਦੋਹਾਂ ਪਰਿਵਾਰ ਕਿੱਥੇ ਨੇ ਸੁਖਬੀਰ ਸਿੰਘ ਬਾਦਲ ਬਾਦਲ ਸਾਹਿਬ ਦੀ ਵਿਰਾਸਤ ਸੰਭਾਲਿਆ ਇੱਕ ਪੁੱਤਰ ਹੋਣ ਦੇ ਨਾਤੇ ਠੀਕ ਹੈ ਤੌੜਾ ਸਾਲ ਦਾ ਪਰਿਵਾਰ ਉਹਨਾਂ ਦਾ ਦੋਤਰਾ ਉਹ ਸਾਡੇ ਨਾਲ ਹੈ ਕਰਨ ਵੀ ਠੀਕ ਹੈ ਮਨਪ੍ਰੀਤ ਸਿੰਘ ਬਾਦਲ ਉਹ ਕਿੰਨਾ ਨਾਲ ਉਹ ਭਾਜਪਾ ਦੇ ਨਾਲ ਹੈ ਹੁਣ ਇਹ ਦੱਸੋ ਕਿ ਜਿਹੜੇ ਉਹ ਸ਼ਹਾਦਤਾਂ ਵਾਲੇ ਲੰਮੀ ਫੇਰ ਲਿਸਟ ਆ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਸਾਡਾ ਪਰਿਵਾਰ ਵੀ ਨਾਲ ਰਿਹਾ ਕਿਉਂ ਛੱਡੀਆਂ ਗੱਲਾਂ ਉਹ ਛੱਡੀਆਂ ਇਸ ਕਰਕੇ ਗਈਆਂ ਕਿ ਆਪ ਦੇ ਸਿਧਾਂਤ ਤੋਂ ਪੜ ਗਈ ਬਾਤ ਦੀ ਨਹੀਂ ਫਿਰ ਉਹੀ ਤਾਂ ਕਹਿ ਰਹੇ ਨੇ ਕਿ ਤੁਹਾਡੇ ਨਾਲ ਆ ਕੇ ਜੁੜ ਰਹੇ ਹਾਂ ਤੁਸੀਂ ਪੂਰੀ ਸਕ੍ਰਿਪਟ ਲਿਖ ਰਹੇ ਹੋ ਔਰ ਬਗਾਵਤ ਅਕਾਲੀ ਦਲ ਦੇ ਅੰਦਰ ਹੋ ਰਹੀ ਹੈ ਮੈਂ ਕਹਿ ਰਿਹਾ ਜੀ ਐਸੀ ਤਾਂ ਕਹਿ ਰਿਹਾ ਕਿ ਸਾਡਾ ਤਾਂ ਖਿਹੜਾ ਛੁੱਟਿਆ ਚੰਗੀ ਗੱਲ ਆ ਹੁਣ ਇਹ ਤਾਂ ਇੰਟਰਨਲ ਹੀ ਆ ਜਦੋਂ ਧਾਰਮਿਕ ਪਾਰਟੀ ਤੋਂ ਪੋਲਿਟਿਕਲ ਪਾਰਟੀ ਬਣੀ ਜਦੋਂ ਏਜੰਡੇ ਛੱਡੇ ਗਏ ਜਦੋਂ ਬਾਕੀ ਚੀਜ਼ਾਂ ਛੱਡੀਆਂ ਗਈਆਂ ਉਹਦੇ ਰਿਜ਼ਲਟ ਆਪਣੇ ਸਾਹਮਣੇ ਆ ਠੀਕ ਹੈ ਬਲੇਵਾਲ ਸਾਹਿਬ ਮੈਂ ਉਹੀ ਗੱਲ ਕਹਿ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਵਧੀਆ ਹੋਇਆ ਕਿ ਸਾਡਾ ਤੋੜ ਵੀ ਛੋੜਾ ਹੋ ਗਿਆ ਪਰ ਗੱਲ ਇਹ ਆ ਕਿ ਅਕਾਲੀ ਦਲ ਹੁਣ ਭਾਜੀਪੀ ਦੇ ਨਾਲ ਨਹੀਂ ਹੈ ਸੇਮ ਹੈ ਕਿ ਸ਼ਿਵ ਸੇਨਾ ਭਾਜੀਪੀ ਦੇ ਨਾਲ ਨਹੀਂ ਰਹੀ ਇਲੈਕਸ਼ਨ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਤੇ ਉਸ ਤੋਂ ਬਾਅਦ ਟੁੱਟ ਗਈ ਜਾਂ ਤੋੜ ਦਿੱਤੀ ਗਈ ਭਾਜੀਪ ਤੇ ਉਹੀ ਪੂਰਾ ਫਾਰਮੂਲਾ ਕਿਹਾ ਜਾ ਰਿਹਾ ਕਿ ਪੰਜਾਬ ਚ ਤੁਸੀਂ ਇੰਪਲੀਮੈਂਟ ਕਰ ਰਹੇ ਦੇਖੋ ਜੋਸ਼ ਸਿਪ ਸੇਨਾ ਸੀ ਉਸ ਵੇਲੇ ਉੱਥੇ ਸਰਕਾਰ ਚ ਸੀ ਉਸ ਦੇ ਵਿੱਚ ਡਿਵੀਜ਼ਨ ਹੋਈ ਉੱਥੇ ਬਾਕੀ ਚੀਜ਼ਾਂ ਹੋਈਆਂ ਇੱਥੇ ਦਾ ਅਸੀਂ 18.5% ਤੇ ਬੈਠੇ ਆ ਇਹ 13% ਤੇ ਬੈਠੇ ਨੇ ਤੇ ਸਾਨੂੰ ਤੋੜ ਛੋੜਾ ਇਹਨਾਂ ਚ ਕਰਨ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਸਿਆਸਤ 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 ਕਿਹੜੇ ਲੀਡਰਸ਼ਿਪ ਮੈਂ ਅੱਗੇ ਵਧਾਉਣਾ ਨਾ ਚਰਚਾ ਨੂੰ ਅੱਪੇ ਤੋਂ ਹੇਠਾਂ ਪਿੱਛੇ ਘਟੋਏਗਾ ਜਵਾਬ ਲੋੜ ਨਾਲ ਦੀ ਰਾ ਉਹ ਇੱਕ ਲੀਡਰ ਦੇ ਖਿਲਾਫ ਖੜੀ ਹੋਈ ਆ ਉਸ ਦਾ ਇੱਕ ਮੋਰਚਾ ਹੈ ਉਹ ਮੋਰਚੇ ਪਹਿਲਾਂ ਵੀ ਲੱਗੇ ਹੋਏ ਆ ਉਹ ਧਰਮ ਯੋਧ ਹੁਣ ਅਕਾਲੀ ਬਚਾਓ ਪਾਰਟੀ ਦਾ ਮੋਰਚਾ ਲੱਗਣ ਲੱਗਿਆ ਇਹ ਵੀ ਇੱਕ ਵੱਡੀ ਗੱਲ ਹੈ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਜਾਣਾ ਕਿ 100 ਸਾਲ 105 ਸਾਲ ਪਾਰਟ 105 ਸਾਲ ਪੁਰਾਣੀ ਪਾਰਟੀ ਨੂੰ ਇਹ ਦਿਨ ਦੇਖਦੇ ਜਦੋਂ ਉਹਨੂੰ ਆਪਿਆਂ ਨੂੰ ਬਚਾਉਣ ਦੀ ਗੱਲ ਆ ਜਾਏ ਜੀ ਠੀਕ ਚਲੋ ਮੈਂ ਮੈਂ ਜਵਾਬ ਲਵਾਂ ਠੀਕ ਹੈ ਤੁਹਾਡੀ ਗੱ देखो मैं पहला बलियावाला साहब जवाब दे दिया कि जे बीजेपी दी ये गल कर दे ने हालांकि बीजेपी च ए भी हले ताजे ताजे आए ने जेड़े ਧੜੇ ਚ ਖੜੇ ਨੇ ਇਹਨਾਂ ਦਾ ਹਵਦਾ ਧੜਾ ਵੀ बीजेपी ਚ ਬਹੁਤ مایੂਸ ਹੈ ਪਰ ਮੈਂ ਸਿੱਧਾ ਸਪਸ਼ਟ ਪੁੱਛਦਾ ਕਿ बीजेपी ਤਾਂ ਉਹ ਵੀ ਨਹੀਂ ਰਹੀ ਜਿਹੜੀ वाजपेयी ਸਾਹਿਬ ਦੇ ਸਮੇਂ ਸੀ ਅਕਾਲੀ ਦਲ ਜੁੜਿਆ ਸੀ वाजपेयी ਸਾਹਿਬ ਦੇ ਸਮੇਂ ਉਦੋਂ ਜਿਹੜੇ ਤੁਹਾਡੇ ਨਾਲ ਪਾਰਟੀਆਂ ਜੁੜਦੀਆਂ ਸੀ ਉਹਨਾਂ ਦੀ ਗੱਲ ਹੁੰਦੀ ਸੀ वाजपेयी ਸਾਹਿਬ ਦਾ ਸੁਭਾਅ ਵਧੀਆ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਜਿਹੜੀ ਡਿਕਟੇਟਰਸ਼ਿਪ ਬੀਜੇਪੀ ਚ ਹੋਣਾ ਹੀ ਐ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪਰਵਾਹ ਨਹੀਂ ਜਿਹੜੀ ਡਿਕਟੇਟਰਸ਼ਿਪ ਕਿਸਾਨਾਂ ਦੇ ਖਿਲਾਫ ਕੀਤੀ ਉਹ ਪਰਵਾਹ ਨਹੀਂ ਜੈਸੇ ਬਿਆਨ ਬੰਦੀ ਸਿੰਘਾਂ ਦੇ ਖਿਲਾਫ ਪਾਰਲੀਮੈਂਟ ਚ ਦਿੱਤੇ ਉਹ ਪਰਵਾਹ ਨਹੀਂ ਸੋ ਸ਼੍ਰੋਮਣੀ ਅਕਾਲੀ ਦਲ ਠੋਕਰ ਮਾਰਦਾ ਐ ਸੇ ਅਲਾਈਅੰਸ ਨੂੰ ਔਰ ਬੀਜੇਪੀ ਦੇ ਦਾ ਸਾਹਮਣੇ ਐ ਸਾਰਾ ਕੁਝ ਕਿੰਨੇ ਕੁ ਪੁਰਾਣੇ ਤੁਹਾਡੇ ਲਾਇ ਪਾਰਟਨਰ ਤੁਹਾਡੇ ਨਾਲ ਖੜੇ ਰਹਿ ਗਏ ਇਹ ਸਾਰਾ ਜਿਹੜਾ ਡਿਕਟੇਟਰਸ਼ਿਪ ਆ ਪਾਰਟੀ ਚ ਉਹਦੇ ਕਰਕੇ ਭੱਜੇ ਜਾ ਰਹੇ ਨੇ ਔਰ ਅੱਜ ਮੈਂ ਬੀਬੀ ਜੀ ਨੇ ਗੱਲ ਕੀਤੀ ਮੈਂ ਉਹਨਾਂ ਨੂੰ ਦੋ ਗੱਲਾਂ ਸਰੂ ਦੱਸ ਦਿਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਪ੍ਰੋਪਰ ਡੈਲੀਗੇਟ ਇਜਲਾਸ ਹੋ ਕੇ ਚੁਣਿਆ ਗਿਆ ਪ੍ਰਧਾਨ ਹੈ ਪ੍ਰੋਪਰ ਪਾਰਟੀ ਦੇ ਵਿੱਚ ਨਿਯੁਕਤਾਂ ਹੋਈਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਸਾਰਾ ਸਮੇਂ ਸਮੇਂ ਸੇ ਡਾਟਾ ਜਾਂਦਾ ਸੋ ਇਹ ਜਿਹੜੀ ਗੱਲ ਅੱਜ ਬੀਬੀ ਜੀ ਨੂੰ ਦੱਸੀ ਗਈ ਹੈ ਕਿਸੇ ਵੱਲੋਂ ਉਹ ਮੈਨੂੰ ਲੱਗਦਾ ਆਪਣੇ ਡਾਟੇ ਕਰਾਸ ਚੈੱਕ ਕਰ ਲੈਣ ਬਿਕੋਜ਼ ਸਾਰੀ ਇੱਕ ਚੀਜ਼ ਪ੍ਰੋਪਰ ਪ੍ਰੋਸੀਜਰ ਦੇ ਵਿੱਚ ਹੋਈ ਹੈ ਔਰ ਦੂਸਰੀ ਗੱਲ ਮੈਂ ਕਹਿੰਦਾ ਉਹ ਇਹ ਵੀ ਕਹਿੰਦੇ ਨੇ ਕਹਿੰਦੇ ਕਹਿੰਦੇ ਪਹਿਲਾਂ ਵੀ ਇਸ ਇਸ ਤਰੀਕੇ ਦੇ ਸੁਰ ਉੱਠੇ ਨੇ ਨਹੀਂ ਮੈਂ ਕਹਿਣਾ ਜੀ ਸੁਰ ਉੱਠਣੇ ਚੰਗੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਆਪਣਾ ਰਾਈਟ ਹੈ ਆਪਣੀ ਗੱਲ ਕਰੇ ਮੈਂ ਤਾਂ ਇਹ ਗੱਲ ਕਹਿਣਾ ਕਿ ਸਾਰੇ ਲੀਡਰ ਜਿਹੜੇ ਅੱਜ ਆਪਣੀ ਗੱਲ ਕਹਿਣਾ ਚਾਹੁੰਦੇ ਨੇ ਉਹ ਪਲੇਟਫਾਰਮ ਤੁਹਾਡੇ ਤੁਹਾਡੇ ਵਰਕਰ ਕਲੇਰ ਸਾਹਿਬ ਤੁਹਾਡੇ ਵਰਕਰ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਬੈਕ ਟੂ ਬੈਕ ਜੇਕਰ ਕਿਸੇ ਪਾਰਟੀ ਦਾ ਪ੍ਰਧਾਨ ਲੀਡ ਕਰ ਰਿਹਾ ਹੋਵੇ ਤੇ ਪਾਰਟੀ ਹਾਰੇ ਇਲੈਕਸ਼ਨ ਬੈਕ ਟੂ ਬੈਕ ਬਹੁਤ ਸਾਰੇ ਇਲੈਕਸ਼ਨ ਔਰ ਇਸ ਸਮੇਂ ਸਥਿਤੀ ਕੀ ਹੈ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਵੀ ਪਤਾ ਤਾਂ ਫਿਰ ਇੰਨੀ ਇੰਨੀ ਪ੍ਰਧਾਨਗੀ ਦੇ ਨਾਲ ਕੀ ਵਾਕੀ ਬਹੁਤ ਪਿਆਰਾ ਹੈ ਕਿਉਂ ਉਸ ਦੇ ਬਾਰੇ ਨਹੀਂ ਵਿਚਾਰ ਕੀਤਾ ਗਿਆ ਪਿਛਲੇ ਕੁਝ ਟਾਈਮ ਸੇ ਦਬੀ ਆਵਾਜ਼ ਦੇ ਵਿੱਚ ਬਹੁਤ ਪਹਿਲਾਂ ਤੋਂ ਆਵਾਜ਼ ਉੱਠ ਰਹੀ ਹੈ ਖਾਸ ਤੌਰ ਤੇ ਬੀਬੀ ਜਗਿਰ ਕੌਰ ਕਹਿ ਰਹੀ ਨੇ ਕਿ 2015 ਤੋਂ ਅਸੀਂ ਗੱਲ ਚੁੱਕ ਰਹੇ ਹਾਂ ਗੌਰਵ ਜੀ ਦੇਖੋ ਪੰਜਾਬ ਦੇ ਵਿੱਚ ਦੋ ਵਾਰ ਤਾਂ ਰਾਜਨੀਤਿਕ ਤੌਰ ਤੇ ਠੱਗੀ ਵਜੀ ਹੈ 2017 ਦੇ ਵਿੱਚ ਕੈਪਟਨ ਸਾਹਿਬ ਨੇ ਸਿਰਫ ਇੱਕ ਝੂਠ ਤੇ ਕਿ ਜੀ ਘਰ ਘਰ ਨੌਕਰੀ ਤੇ ਕਰਜ਼ਾ ਮਾਫੀ ਇਹਦੇ ਦੀ ਸਰਕਾਰ ਬਣਾ ਲਈ ਤੇ ਬਲੀਆਂ ਵਾਲਾ ਸਾਹਿਬ ਉਦੋਂ ਨਾਲ ਸੀ ਔਰ ਕੈਪਟਨ ਸਾਹਿਬ ਦਾ ਇਸ ਗੱਲ ਨੂੰ ਲੈ ਕੇ ਕੀ ਹਸ਼ਰ ਹੋਇਆ ਪਾਰਟੀ ਤੱਕ ਉਹਨਾਂ ਨੂੰ ਛੱਡਣੀ ਪੈ ਗਈ ਭਾਜਪਾ ਚ ਆਉਣਾ ਪੈ ਗਿਆ ਫਿਰ ਆ ਗਈ ਆਮ ਆਦਮੀ ਪਾਰਟੀ ਸੋ ਕਦੇ-ਕਦੇ ਹੁੰਦਾ ਹੈ ਰਾਜਨੀਤੀ ਦੇ ਵਿੱਚ ਉਤਾਰ ਚੜਾ ਚੱਲਦਾ ਰਹਿੰਦਾ ਹੈ ਲੋਕ ਕਈ ਵਾਰ ਠੱਗੀਆਂ ਦੇ ਵਿੱਚ ਵੀ ਆ ਜਾਂਦੇ ਨੇ ਸੋ ਇਹਦਾ ਮਤਲਬ ਇਹ ਨਹੀਂ ਕਿ ਪਾਰਟੀਆਂ ਦੀ ਕ੍ਰੈਡਿਬਿਲਟੀ ਤੇ ਸਵਾਲ ਖੜਾ ਹੋ ਗਿਆ ਪਾਰਟੀਆਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਖੜਾ ਹੋ ਗਿਆ ਸੋ ਮੁੱਦੇ ਹੁੰਦੇ ਨੇ ਮੁੱਦਿਆਂ ਦੇ ਉੱਤੇ ਵੋਟ ਪੈ ਜਾਂਦੀ ਹੈ ਪਰ ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਮੈਂ ਤੱਥਾਂ ਦੇ ਉੱਤੇ ਗੱਲ ਕਰਦਾ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਤਿਆਗ ਵਾਲੀ ਗੱਲ ਵਾਲੇ ਲੀਡਰ ਆਪ ਇੰਨੀਆਂ ਚੋਣਾ ਹਰ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਦੇਖੋ ਬੀਜੇਪੀ ਨਾਲ ਸਬੰਧ ਦਾ ਕਿਹਨੂੰ ਨਹੀਂ ਪਤਾ ਅੱਜ ਮਲੂਕਾ ਸਾਹਿਬ ਉੱਥੇ ਪਹਿਲੀ ਕਤਾਰ ਦੇ ਵਿੱਚ ਬੈਠੇ ਸੀ ਮਲੂਕਾ ਸਾਹਿਬ ਦਾ ਤਾਂ ਆਪਣਾ ਪਰਿਵਾਰ ਬੀਜੇਪੀ ਚ ਹੈ ਚੋਣ ਲੜੀ ਹੈ ਉਹਨਾਂ ਨੇ ਹੋਰ ਇਹ ਤੋਂ ਨੇੜਲੇ ਸਬੰਧ ਕੀ ਹੋਣਗੇ ਕਿ ਪਾਰਟੀ ਚੋਂ ਨਹੀਂ ਨਾ ਕੱਢਿਆ ਜੇ ਤੁਹਾਨੂੰ ਲੱਗ ਰਿਹਾ ਫਿਰ ਕੱਢ ਦੇਣਾ ਸੀ ਪਾਰਟੀ ਚੋਂ ਕੋਈ ਗੱਲ ਨਹੀਂ ਮੈਂ ਦੱਸ ਰਿਹਾ ਕਿ ਪਾਰਟੀ ਡਿਸਪਲਿਨਰੀ ਕਮੇਟੀ ਐਕਸ਼ਨ ਲਊਗੀ ਨੰਬਰ 2 ਮੈਂ ਫੇਰ ਦੁਬਾਰਾ ਕਹ ਦਿਆ ਬੀਬੀ ਜੀ ਖੁਦ ਇਹ ਗੱਲ ਮੰਨਦੇ ਨੇ ਕਿ ਜਿਹੜੀ ਪਿਛਲੀ ਚੋਣ ਲੜੀ ਆ ਬੀਬੀ ਦਾ ਆਪਣਾ ਬਿਆਨ ਸੀ ਜਦੋਂ ਐਸਜੀਪੀਸੀ ਦੀ ਬੀਬੀ ਜੀ ਗੱਲ ਕਰਦੇ ਨੇ ਕਿ ਮੈਂ ਜਮਹੂਰੀਅਤ ਨੂੰ ਬਹਾਲ ਕੀਤਾ ਬੀਬੀ ਜੀ ਤਾਂ ਪ੍ਰਧਾਨ ਬਣਦੇ ਰਹੇ ਨੇ ਪੂਰੇ ਜਮਹੂਰੀਅਤ ਢੰਗ ਦੇ ਨਾਲ ਪ੍ਰਧਾਨ ਬਣਦੇ ਰਹੇ ਨੇ ਔਰ ਪਿਛਲੀ ਚੋਣਾਂ 'ਚ ਬੀਬੀ ਜੀ ਨੇ ਆਹ پلان ਕੀਤਾ ਸੀ ਕਿ ਮੈਨੂੰ ਜਿਹਦਾ ਵੀ ਸਾਥ ਲੈਣਾ ਪਿਆ ਮੈਂ ਲਵੂੰਗੀ ਅਸੀਂ ਇਲਜ਼ਾਮ ਕੋਈ ਵੈਸੇ ਨਹੀਂ ਲਾਉਂਦੇ ਅਗਰ ਰਖੜਾ ਸਾਹਿਬ ਦੀਆਂ ਨਜ਼ਦੀਕੀਆਂ ਨੇ ਤਾਂ ਉਹ ਜਗ ਜ਼ਾਹਿਰ ਨੇ ਸਭ ਨੂੰ ਪਤਾ ਹੈ ਚੰਦੂ ਮਹਾਰਾਜ ਸਾਹਿਬ ਦੀਆਂ ਨੇ ਜ਼ੱਗ ਜ਼ਾਹਰ ਹੈ ਸਭ ਨੂੰ ਪਤਾ ਹੈ ਸੋ ਇਹ ਜਿਹੜੀ ਸਕ੍ਰਿਪਟ ਇੱਕ within ਅਕਾਲੀ ਦਲ ਕਿਉਂਕਿ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਹੈ ਉਹਨੇ ਇੱਕ ਸਪਸ਼ਟ ਸਟੈਂਡ ਲੈ ਲਿਆ ਬੰਦੀ ਸਿੰਘਾ ਦਾ ਜਿਹੜਾ ਕਿ ਭਾਜਪਾ ਨੂੰ ਗਵਾਰਾ ਨਹੀਂ ਜਿਹੜਾ ਕਿ ਇਹਨਾਂ ਨੇ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਚ ਖੜੇ ਹੋ ਕੇ ਕਿਹਾ ਕਿ ਇਹਨੂੰ ਕੋਈ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਰਿਹਾ ਨਹੀਂ ਪਰ ਗੱਲ ਗੱਲ ਪਤਾ ਕੀ ਹੈ ਕਿਸਾਨਾਂ ਦੀ ਗੱਲ ਹੁੰਦੀ ਨਹੀਂ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਬੀਜੇਪੀ ਦਾ ਪੰਜਾਬ 'ਚ ਕੱਖ ਨਹੀਂ ਸੋ ਬੀਜੇਪੀ ਇਹ ਸੋਚਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਖੜਾ ਕਰਕੇ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦੇ ਕੇ ਅਸੀਂ ਪੰਜਾਬ ਦੇ ਵਿੱਚ ਚੋਣਾਂ ਲੜੀਏ 2027 ਦੀਆਂ ਕਿ ਕਿ ਚਲੋ ਜਿਹੜਾ ਕਿ ਬੀਜੇਪੀ ਦਾ ਸੁਪਨਾ ਸੁਪਨਾ ਹੀ ਰਹਿ ਜਾਣਾ ਕਿ ਜਿਵੇਂ ਮਹਾਰਾਜ ਬਹੁਤ ਬਹੁਤ ਲਾਰਜ ਸਕੇਲ ਦੇ ਵਿੱਚ ਗੱਲ ਕਰ ਰਹੇ ਹੋ ਪੰਜਾਬ ਚ ਵੀ ਦਾ 2027 ਦੇ ਉੱਤੇ ਪਰ ਗੱਲ ਪਤਾ ਕੀ ਹੈ ਕਿ ਤੁਸੀਂ ਅੱਜ ਜਿਹੜਾ ਵੀ ਜਲੰਧਰ ਦੇ ਵਿੱਚ ਪਹੁੰਚਿਆ ਉਹਨਾਂ ਦੀਆਂ ਫਾਈਲਾਂ ਬੀਜੇਪੀ ਦੇ ਨਾਲ ਨੇੜਤਾ ਵਾਲੀਆਂ ਕੱਢ ਕੇ ਲੈ ਕੇ ਆਏ ਹੋ ਕਿ ਹਾਂ ਕਤ ਰਖੜਾ ਸਾਹਿਬ ਹੋਗੇ ਚੰਦੂ ਮਾਜਰਾ ਜੀ ਹੋਗੇ ਬੀਬੀ ਜ਼ਗੀਰ ਕੌਰ ਨੂੰ ਜਦੋਂ ਐਸਪੀਸੀ ਦੇ ਪ੍ਰਧਾਨ ਆਜ਼ਾਦ ਦੇ ਤੌਰ ਦੇ ਉੱਤੇ ਲੜ ਰਹੇ ਸੀ ਉਸ ਸਮੇਂ ਇਕਬਾਲ ਸਿੰਘ ਲਾਲਪੁਰਾ ਦਾ ਬਹੁਤ ਜ਼ਿਕਰ ਅਕਾਲੀ ਦਲ ਕਰ ਰਿਹਾ ਸੀ ਉਹ ਵਾਪਸ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਸੀ ਬੀਬੀ ਜੀ ਅੱਛਾ ਢੀਂਟਸਾ ਪਰਿਵਾਰ ਦਾ ਤੁਸੀਂ ਜ਼ਿਕਰ ਕਰ ਦਿੱਤਾ ਮਨੂਕਰ ਦਿੱਤਾ ਅਕਾਲੀ ਦਲ ਸੰਯੁਕਤ ਰਿਹਾ ਜੀ ਢੀਂਟਸਾ ਪਰਿਵਾਰ ਅਕਾਲੀ ਦਲ ਸੰਯੁਕਤ ਤੋਂ ਸਮਝੌਤੇ 'ਚ ਰਹੇ ਨੇ ਭਾਜਪਾ ਨਾਲ ਔਰ ਇੱਕ ਚੀਜ਼ ਮੈਂ ਕਿੱਟੀ ਦੇ ਅੰਦਰ ਆ ਗਏ ਸੀ ਨਾ ਰਾਸਟੜ ਕਾਲੀ ਦਲ ਤੋਂ ਵਾਪਸ ਆ ਗਏ ਸੀ ਹਾਂ ਅਕਾਲੀ ਦਲ ਹੀ ਆ ਰਹੇ ਹਾਂ ਜਿਸ ਝੁੰਡਾ ਕਮੇਟੀ ਦਾ ਬਾਰ ਬਾਰ ਜ਼ਿਕਰ ਹੁੰਦਾ ਉਹ ਕੀਦੇ ਚੇਅਰਮੈਨ ਸੀ ਉਹਦੇ ਸਰਦਾਰ ਇਕਬਾਲ ਸਿੰਘ ਝੁੰਡਾ ਉਹ ਤਾਂ ਅੱਜ ਵੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਪ੍ਰਧਾਨ ਸਾਹਿਬ ਦੇ ਵਿੱਚ ਪੂਰਨ ਵਿਸ਼ਵਾਸ ਜਤਾਇਆ ਤੇ ਪ੍ਰੈਸ ਕਾਨਫਰੰਸ ਵੀ ਉੱਪਰ ਮੈਂ ਬੀਬੀ ਗਿੰਕੌਰ ਜੀ ਆ ਰਹੇ ਆ ਤੁਹਾਡੇ ਕੋਲ ਇੱਕ ਪ੍ਰੋਫੈਸਰ ਸਾਹਿਬ ਕੁਝ ਕਹਿਣਾ ਚਾ ਰਹੇ ਉਹਨਾਂ ਦਾ ਇੱਕ ਮਿੰਟ ਲੈ ਲਵਾਂ ਮੈਂ ਆ ਰਹੇ ਆ ਬਲੀਵਾਲ ਸਾਹਿਬ ਤੁਹਾਡੇ ਕੋਲ ਮੇਰਾ ਇੱਕ ਛੋਟਾ ਜਿਹਾ ਕਮੈਂਟ ਇਕੇ ਆ ਗੌਰਵ ਜੀ ਕਿ ਅਕਾਲੀ ਦਲ ਨੂੰ ਆਪਣੀ ਸੋਚ ਦੇ ਵਿੱਚ ਇੱਕ ਵੱਡੀ ਤਰਮੀਮ ਕਰਨ ਦੀ ਲੋੜ ਆ ਪਹਿਲੀ ਗੱਲ ਤੇ ਇੱਕ ਇਹ ਆ ਕਿ ਪ੍ਰਾਣੀਆਂ ਜਿਹੜੀਆਂ ਗਲਤੀਆਂ ਹੋਈਆਂ ਉਹਦਾ ਅਮਾਨਤ ਨਾਲ ਰਿਵਿਊ ਰਿਵਿਊ ਕਰਕੇ ਜੋ ਸਮੁੱਚੇ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਆ ਉਹਦੀ ਸੇਧ ਦੇ ਵਿੱਚ ਜੋ ਚੰਡੀਗੜ੍ਹ ਵਾਲੀ ਮੀਟਿੰਗ ਆ ਉਹਨੂੰ ਚੱਲਣਾ ਪਊਗਾ ਨਹੀਂ ਤੇ ਇਹ ਅਕਾਲੀ ਦਲ ਚੱਲਣ ਵਾਲੀ ਗੱਲ ਨਹੀਂ ਚੱਲਣਾ ਨਹੀਂ ਦੂਜੀ ਗੱਲ ਜਿਹੜੀ ਇੰਪੋਰਟੈਂਟ ਗੱਲ ਆ ਇੱਕ ਲੰਮੇ ਧੇਰ ਦੇ ਵਿੱਚ 84 ਵਾਲਾ ਇੱਕ ਇਹੋ ਜਿਹਾ ਬੈਰੀਅਰ ਖੜਾ ਕਰ ਲਿਆ ਇੱਕ ਪੋਲੀਟੀਕਲ ਫਾਈਟ ਆ ਉਹ ਤੁਸੀਂ ਦੇਖੋ ਦੁਨੀਆ ਦੇ ਵਿੱਚ ਕਿਹੜੇ ਕਿਹੜੇ ਦੇਸ਼ਾਂ ਦੀ ਫਾਈਟ ਬੜੀਆਂ ਵੱਡੀਆਂ ਵੱਡੀਆਂ ਸੰਸਾਰ ਜੰਗਾਂ ਹੋਈਆਂ ਇੱਕ ਦੂਜੇ ਨਾਲ ਮੁੜ ਕੇ ਦੇਸ਼ ਇਕੱਠੇ ਹੋਏ ਆ ਮੁੜ ਕੇ ਤੁਹਾਡਾ ਸਾਰਾ ਯੂਰਪ ਇਕੱਠਾ ਹੋਇਆ ਇੱਕ ਦੂਜੇ ਨਾਲ ਜਰਮਨੀ ਦਾ ਸਾਰੀ ਦੁਨੀਆ ਦੇ ਵਿੱਚ ਕਿੰਨਾ ਲੜਾਈਆਂ ਝਗੜੇ ਹੋਏ ਇਹ 84 ਵਾਲੇ ਨੂੰ ਇਸ ਕਰਕੇ ਫੜਿਆ ਗਿਆ ਕਿ ਕਾਂਗਰਸ ਨੇ ਅਸੀਂ ਜਾਣਾ ਨਹੀਂ ਫਿਰ ਸਿੱਧਾ ਹੀ ਸਾਡੇ ਕੋਲ ਸਟੇਸ਼ਨ ਬੀਜੇਪੀ ਦਾ ਜਦ ਤੱਕ ਇਹਨੂੰ ਇਹ ਰੀਵਿਊ ਨਹੀਂ ਕਰਦੇ ਪਾਈਵਾਂ ਲੜਾਈ ਆ ਉਹ ਬਹੁਤ ਮਾੜੀ ਗੱਲ ਹੋਈ ਉਹ ਇੱਕ ਇਤਿਹਾਸ ਆ ਅੱਜ ਦੇ ਹਾਲਾਤਾਂ ਵਿੱਚ ਕੀ ਆ ਜਿਵੇਂ ਕਲੇਰ ਕਹਿ ਰਿਹਾ ਆ ਕਿ ਅੱਜ ਦੇਸ਼ ਦੇ ਸੰਵਿਧਾਨ ਨੂੰ ਖਤਰਾ ਕਿਹਦੇ ਕੋਲ ਆ ਉਹ ਕਾਂਗਰਸ ਕੋਲ ਆ ਕਿ ਬੀਜੇਪੀ ਕੋਲ ਆ ਜੇ ਅੱਜ ਹਿੰਦੂ ਰਾਸ਼ਟਰੀਆਂ ਦੀਆਂ ਗੱਲਾਂ ਜੇ ਅੱਜ ਮੁਸਲਮਾਨਾਂ ਦੀਆਂ ਗੱਲਾਂ ਜੇ ਅੱਜ ਗਊ ਰક્ષਕਾਂ ਵੱਲੋਂ ਪਬਲਿਕ ਮੌਬ ਲਿੰਚਿੰਗ ਹੁੰਦੀ ਆ ਕੌਣ ਕਰ ਰਿਹਾ ਇਸ ਲਈ ਜੇ ਕਾਟ ਗਿਣਤੀਆਂ ਇੱਕ ਮਿੰਟ ਇੱਕ ਮਿੰਟ ਇੱਕ ਦਮਾਸ ਵਿੱਚ ਲਾਸਟ ਗੱਲ ਕਾਟ ਗਿਣਤੀਆਂ ਦਾ ਗੌਰਵ ਜਿਹਦਾ ਰੌਲਾ ਇਹਨਾਂ ਦੀ ਇਹਨਾਂ ਦੀ ਸਾਂਝ ਘੱਟ ਗਿੰਤੀਆਂ ਨਾ ਹੋਣੀ ਚਾਹੀਦੀ ਹੈ ਸਾਰਿਆਂ ਨਾਲ ਦੇਸ਼ਤਿਆਂ ਨਾਲ ਉਹ ਜੇ ਪੈਦਾ ਕਰਨਗੇ ਆਪਣਾ ਆਧਾਰ ਬਣਾਉਣਗੇ ਔਰ ਕਾਂਗਰਸ ਦਾ ਜਿਹੜਾ ਡੌਰੂ ਬਾਰ-ਬਾਰ ਵੱਜਦਾ ਨਾ ਉਹਦੇ ਤੋਂ ਉਹਨੂੰ ਇੱਕ ਪਾਸੇ ਰੱਖ ਕੇ ਰੈਸ਼ਨਲ ਢੰਗ ਦੇ ਨਾਲ ਅੱਜ ਦੇ ਦਰਤੀ ਅੱਜ ਦੀ ਲੋੜ ਕੀ ਹੈਗੀ ਹੈ ਦੇਸ਼ ਦੇ ਵਿੱਚ ਪੋਲਿਟਿਕਸ ਦੀ ਉਹੋ ਜਿਹਾ ਸਟੈਂਡ ਬਣਾਉਣ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਸ਼ਕਤੀ ਨੂੰ ਕੋਈ ਰੋਕ ਸਕਦਾ ਠੀਕ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਹੁਣਾਂ ਮੈਂ ਬੀਬੀ ਜ਼ਗੀਰ ਕੌਰ ਜੀ ਦਾ ਰੁਕ ਕਰਦਾ ਬਹੁਤ ਸਾਰੇ ਇਲਜ਼ਾਮ ਤਰਾਸ਼ੀਆਂ ਹੋਰੀਆਂ ਪਰ ਇਹ ਸਭ ਦੇ ਵਿਚਾਲੇ ਬੀਬੀ ਜੀ ਲੋਕ ਇਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਹੁਣ ਅੱਗੇ ਦੀ ਰੂਪਰੇਖਾ ਜਲੰਧਰ ਵਾਲੀ ਮੀਟਿੰਗ ਤੋਂ ਬਾਅਦ ਕੀ ਹੈ ਕਿ ਇੱਕ ਫੇਰ ਦੁਬਾਰਾ ਸ਼ਰਮਣੀ ਅਕਾਲੀ ਦਲ ਨਵਾਂ ਜਾਂ ਇਸੇ ਸ਼ਰਮਣੀ ਅਕਾਲੀ ਦਲ ਦੇ ਅੰਦਰ ਤੁਸੀਂ ਰਹੋਗੇ ਪ੍ਰਧਾਨ ਬਦਲਵਾਉਣਾ ਹੁਣ ਪਾਰਟੀ ਪਲੇਟਫਾਰਮ ਤੇ ਜੇ ਗੱਲ ਨਹੀਂ ਹੋ ਰਹੀ ਇੱਕ ਤਰੀਕੇ ਨਾਲ ਬਾਗੀ ਵਾਲਾ ਟੈਗ ਤੁਹਾਨੂੰ ਮਿਲ ਚੁੱਕਿਆ ਹੈ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਜੇ ਅਸੀਂ ਪਾਸੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਦੇ ਜਾਈਏ ਫਿਰ ਤੇ ਸਾਨੂੰ ਬਾਗੀ ਕਹਿਣ ਅਸੀਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੀ ਹਾਂ ਇਸ ਵੇਲੇ ਚੋਣ ਲੜ ਰਹੇ ਪਏ ਮੈਂ ਤੇ ਘਰ ਘਰ ਵੋਟਰਾਂ ਬੰਗਣ ਜਾ ਰਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਬੀਬੀ ਸੁਰਜੀਤ कौर ਭਾਈ ਇਲੈਕਸ਼ਨ ਲੜ ਰਹੀ ਹੈ ਜੀ ਅਸੀਂ ਉਹਨੂੰ ਟਿਕਟ ਦਿੱਤੀ ਹੈ ਬਾਦਲ ਸਾਹਿਬ ਨੇ ਸਾਰੀ ਡਿਊਟੀ ਲਾਈ ਸੀ ਔਰ ਇਹਨਾਂ ਨੇ ਬਹੁਤ ਸਾਨੂੰ ਜੋਰ ਲਾਇਆ ਕਿ ਕਈਆਂ ਨੇ ਕਿ ਸਰ ਵਾਪਸ ਲੈ ਲੋ ਕੈਂਡੀਡੇਟ ਨੂੰ ਅਸੀਂ ਨਹੀਂ ਲਿਆ ਕਿਉਂਕਿ ਕਹਿੰਦੇ ਬੀਐਸਪੀ ਨੂੰ ਸਮਰਥਨ ਦੇਦੇ ਅਸੀਂ ਨਹੀਂ ਦਿੱਤਾ ਅਸੀਂ ਜੇ ਸਾਡੇ ਮਨ 'ਚ ਇਹ ਗੱਲ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵਾਸਤੇ ਅਸੀਂ ਦਿਨ ਰਾਤ ਇੱਕ ਕਿਉ ਕਰੀਏ ਹੁਣ ਵੀ ਮੈਂ 3 ਮੀਟਾਂ ਕਰਕੇ ਹਟੀਆਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਗੰਦੇ ਨਹੀਂ ਆ ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੋਣ ਦੇਣਾ ਅਸੀਂ ਸ਼੍ਰੋਬਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਤੁਹਾਨੂੰ ਮੇਰੇ ਤੋਂ ਤੁਹਾਡੇ ਉੱਪਰ ਡਿਸਪਲਿਨਰੀ ਐਕਸ਼ਨ ਹੋ ਸਕਦੇ ਨਾ ਮੇਰੀ ਵੀ ਜੀ ਕਹੋ ਜੀ ਡਿਸਪਲਿਨਰੀ ਐਕਸ਼ਨ ਹੋ ਸਕਦਾ ਹੈ ਉਹਦੀ ਵੀ ਤਿਆਰੀ ਚੱਲ ਰਹੀ ਹੈ ਹਾਂਜੀ ਤੁਹਾਡੇ ਖਿਲਾਫ ਐਕਸ਼ਨ ਹੋ ਸਕਦਾ ਨਾ ਅਲੱਗ ਤੋਂ ਮੀਟਿੰਗ ਕਰਨ ਦਾ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਬੋਲਣ ਦਾ ਜਾਂ ਤਾਂ ਤੁਸੀਂ ਕਲੀਅਰ ਕਰੋ ਲੋਕਾਂ ਨੂੰ ਕਿ ਤੁਸੀਂ ਚਾਹੁੰਦੇ ਕਿਉਂ ਕਿ ਪ੍ਰਧਾਨ ਬਦਲ ਤੋਂ ਬਾਕੀ ਆਲ ਇਜ਼ ਵੈਲ ਹੈ ਅਸੀਂ ਸ਼ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਅਸੀਂ ਸ਼ਰੋਮਣੀ ਕਾਲੀ ਦਲ ਦੇ ਹਾਂ ਜੀ ਅਸੀਂ 100% ਸ਼ਰੋਮਣੀ ਕਾਲੀ ਦਲ ਦੇ ਹਾਂ ਅਸੀਂ ਸ਼ਰੋਮਣੀ ਕਾਲ ਦਲ ਤੋਂ ਬਾਹਰ ਹੈ ਹੀ ਨਹੀਂ ਨਾ ਅਸੀਂ ਸ਼ਰੋਮਣੀ ਕਾਲ ਦਲ ਤੋਂ ਵਾਗ ਹੀ ਹੈ ਅਸੀਂ ਤੇ ਸੁਝਾਅ ਦੇ ਰਹੇ ਆਂ ਆਹ ਕੰਮ ਕਰਿਏ ਸ਼੍ਰੋਮਣੀ ਕਾਲੀਦਾਲ ਤੋਂ ਜਿਹੜੇ ਮੁਖ ਮੋਰ ਚੁੱਕੇ ਲੋਕ ਹੈ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜੀਏ ਜਿਹੜੇ ਉਹਨਾਂ ਦੇ ਹਿਰਦੇ ਬਲੁੰਦਰੇ ਨੇ ਉਹਨਾਂ ਨੂੰ ਅਸੀਂ ਰਾਹਤ ਦਵਾ ਸਕੀਏ ਔਰ ਜਿਹੜੀ ਸਾਡੇ ਅੰਦਰ ਪੀੜਾ ਹੈ ਸਾਡੇ ਅੰਦਰ ਦਰਦ ਹੈ ਸਾਰਿਆਂ ਦੇ ਅਸੀਂ ਉਹਨੂੰ ਸਕੂਨ ਮੰਗ ਸਕੀਏ ਸ਼੍ਰੀ ਅਕਾਤਰ ਸਾਹਿਬ ਤੇ ਜਾ ਕੇ ਤੇ ਲੋਕਾਂ ਦੀ ਆਵਾਜ਼ ਸੀ ਜਦੋਂ ਝੁੰਡਾ ਕਮੇਟੀ ਬਣੀ ਕਿ ਸਾਰੇ ਜਾ ਕੇ ਉੱਥੇ ਮਾਫੀ ਮੰਗੋ ਤੇ ਅਸੀਂ ਜਾ ਕੇ ਇਹ ਸੋਚਿਆ ਇਹ ਚਲੋ ਜੇ ਪ੍ਰਧਾਨ ਸਾਹਿਬ ਨਹੀਂ ਮੰਗਦੇ ਜਾਂ ਹੋਰ ਕੋਈ ਨਹੀਂ ਮੰਗਦੇ ਅਸੀਂ ਪੱਲਾ ਪੱਠੀ ਪਾ ਕੇ ਫਿਰ ਵਾਪਸ ਉਸ ਸਵਾਲ ਦੇ ਉੱਤੇ ਆ ਰਹੀ ਹਾਂ ਅਸੀਂ ਤੁਸੀਂ ਜਵਾਬ ਦੇ ਦਿਓ ਜੇਕਰ ਕੋਈ ਗੱਲ ਦੀਆ ਪਾਰਟੀ ਵੱਲ ਹੋਈ ਹੈ ਜਿਹੜੇ ਤੁਹਾਨੂੰ ਸੁਣ ਰਹੇ ਨੇ ਨਾ ਬੀਬੀ ਜਗੀਰਕੌਰ ਜੀ ਉਹ ਸਰਕਾਰ ਵੱਲੋਂ ਚ ਆਪਾਂ ਦੋ ਸਵਾਲ ਨੇ ਗਲਤੀਆਂ ਹੋਈਆਂ ਅਸੀਂ ਪਾਵੇਂ ਉਹਦੇ ਵਿੱਚ ਦੋ ਸਵਾਲ ਨੇ ਮੇਰੇ ਜਨਾਇਕਾ ਪਰ ਇਸੀ ਚੋਪਰ ਲੋਕੀਂ ਆਵਾਜ਼ ਨਹੀਂ ਪਾ ਸਕੇ ਜੀ ਜੀ ਅਸੀਂ ਲੋਕਾਂ ਦੀ ਗੱਲ ਨੂੰ ਮੰਨ ਨਹੀਂ ਸਕੇ ਇਸ ਕਰਕੇ ਅਸੀਂ ਉਹਦੇ ਵਾਸਤੇ ਹਾਜ਼ਰ ਹੋ ਰਹੇ ਹਾਂ ਠੀਕ ਹੈ ਨਹੀਂ ਤੁਹਾਡੀ ਗੱਲ ਆ ਗਈ ਪਰ ਮੇਰੇ ਦੋ ਸਵਾਲ ਹੈ ਮੈਂ ਉਸ ਤੋਂ ਬਾਅਦ ਕਿਉਂਕਿ ਅਪਾ ਕਨਕਲੂਜ਼ਨ ਵਾਲੇ ਕਨਕਲੂਡ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਇਸ ਚਰਚਾ ਨੂੰ ਇੱਕ ਤਾਂ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਕਿ ਜਦੋਂ ਸੱਤਾ ਦਾ ਆਨੰਦ ਮਾਣਨਾ ਸੀ ਸਭ ਕੁਝ ਠੀਕ ਸੀ ਭਾਜਪਾ ਦੇ ਨਾਲ ਅਲਾਈਅੰਸ ਠੀਕ ਸੀ ਜਦੋਂ ਦੂਰ ਹੋਏ ਸੱਤਾ ਤੋਂ ਤਾਂ ਫਿਰ ਸਭ ਬਾਗੀ ਸਰਾਉਟ ਗਈਆਂ ਇਹ ਇੱਕ ਤਰੀਕੇ ਨਾਲ ਮੌਕਾ ਪ੍ਰਸਤੀ ਵਾਲੀ ਗੱਲ ਹੈ ਜੋ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨਜ਼ਰ ਆਏ। ਔਰ ਦੂਜਾ ਪੁਆਇੰਟ ਹੈ ਤੁਸੀਂ ਕਲੀਅਰ ਸ਼ਬਦਾਂ ਚ ਕਹੋ ਕਿ ਜੇ ਸੁਖਬੀਰ ਬਾਦਲ ਰਿਜ਼ਾਈਨ ਕਰ ਦਿੰਦੇ ਨੇ ਤਾਂ ਤੁਸੀਂ ਤੁਸੀਂ ਵਾਪਸ ਪਾਰਟੀ ਫੋਰਮ ਦਿਓ। ਸਾਰਿਆਂ ਦੇ ਅੰਦਰ ਇਹੀ ਹੈ। ਜੀ। ਮੈਨੂੰ ਕਹਿ ਰਹੇ ਹੋ? ਹਾਂਜੀ ਹਾਂਜੀ ਤੁਹਾਨੂੰ ਸਵਾਲ ਹੈ ਕਿ ਕੀ ਤੁਹਾਡੀ ਡਿਮਾਂਡ ਇਹ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਣ? ਦੇਖੋ ਪ੍ਰੋਫੈਸਰ ਪ੍ਰੋਫੈਸਰ ਬੰਜੀਤ ਸਿੰਘ ਜੀ ਪ੍ਰੋਫੈਸਰ ਮਨਜੀਤ ਸਿੰਘ ਬੜੇ ਵੱਡੇ ਵਿਦਵਾਨ ਨੇ ਮੇਰਾ ਇਕਤਰ ਕਰਤੀ ਔਰ ਇਹਨਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਖੇਤ ਦੇ ਵਿੱਚ ਲੜਾਈ ਲੜੀ ਹੈ ਹਮੇਸ਼ਾ ਪ੍ਰਚਾਰ ਵਿੱਚ ਵੀ ਤੇ ਗੱਲ ਕਰਨ ਦੇ ਵਿੱਚ ਵੀ ਮੈਨੂੰ ਅਫਸੋਸ ਹੈ ਕਿ ਅੱਜ ਸਾਨੂੰ ਜੇ ਸ਼੍ਰੋਮਣੀ ਅਕਾਲੀ ਦਲ ਟਕਰਾ ਕਰਨ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਇਹ ਕਹਿੰਦੇ ਬਾਗੀ ਸੁਰਾ ਨਹੀਂ ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਟਕਰਾ ਨਾ ਕਰੀਏ ਇਹਦਾ ਮਤਲਬ ਅਸੀਂ ਵੀ ਇਹਨਾਂ ਦੇ ਨਾਲ ਬਾਗੀ ਬਣ ਲਈਏ ਕਿ ਇਹ ਗਲਤੀਆਂ ਕਰਨ ਤੇ ਅਸੀਂ ਬੈਠੇ ਰਹੇ ਹਾਂ ਉੱਥੇ ਅੱਗੇ ਬਥੇਰੇ ਚੁੱਪ ਰਹੇ ਆਂ ਅੱਗੇ ਬਥੇਰੇ ਅਸੀਂ ਲੁਕੋ ਲੁੱਕ ਕੇ ਬੈਠੇ ਰਹੇ ਆਂ ਉਹਨਾਂ ਸਾਨੂੰ ਗੱਲ ਵੋਟਾਂ ਦੀ ਨਹੀਂ ਜੀ ਇਹ ਵੀ ਸੁਣ ਲਓ ਅਸੀਂ ਕੱਲੀ ਅਸੀਂ ਕੱਲੀਆ ਵੋਟਾਂ ਜਾਂ ਐਮਐਲਏ ਜਾਂ ਮਿਨਿਸਟਰੀ ਦੀ ਗੱਲ ਨਹੀਂ ਹੈ ਗੱਲ ਸਿਧਾਂਤ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਦਾਂ ਕਿਉਂ ਨਿਕਾਰ ਆਇਆ ਸਾਡੇ ਸਿਧਾਂਤਾਂ ਨੂੰ ਕਿਉਂ ਨਹੀਂ ਸਤਵਜੀ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਸਾਡੀ ਵੀ ਪਾਵੇ ਮੈਂ ਵੀ ਚਾਰ ਵਾਰੀ ਉੱਥੇ ਪ੍ਰਧਾਨ ਰਹੀ ਹਾਂ ਮੈਨੂੰ ਇਹ ਚ ਕੋਈ ਸ਼ੱਕ ਨਹੀਂ ਹੈ ਮੈਨੂੰ ਪਤਾ ਹੈ ਕਹਿਣਾ ਇਹਨਾਂ ਨੇ ਤੁਸੀਂ ਪ੍ਰਧਾਨ ਰਹੇ ਹੋ ਮੈਂ ਚਿੰਤਰ ਰਹੀ ਹਾਂ ਸਾਹ ਸਾਨਾ ਸੇਵਾ ਕੀਤੀ ਹੈ ਜਿਹੋ ਤੇ ਨਿਗਾਰ ਆ ਰਿਹਾ ਕੌਮ ਸਾਡੇ ਉਤੇ ਕਿੰਤੂ ਪ੍ਰੰਤੂ ਕਰ ਰਹੀ ਹੈ ਅੱਜ ਸੋਮਨੀ ਕਮੇਟ ਦੇ ਪ੍ਰਧਾਨ ਨੂੰ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਕੋਈ ਰਾਸ਼ਟਰਪਤੀ ਕੋਈ ਜੀਸੀ ਤਾਕਰੀ ਕੋਈ ਟਾਈਮ ਨਹੀਂ ਦਿੰਦਾ ਇਹਦਾ ਮਤਲਬ ਕਿ ਸਾਡੀ ਤਾਕਤ ਕਿੱਥੇ ਗਈ ਹੈ ਸਾਡੀ ਹੋਂਦ ਕਿੱਥੇ ਗਈ ਹੈ ਸ਼੍ਰੀ ਹਕਾਤਾਰ ਸਾਹਿਬ ਦੇ ਜਥੇਦਰ ਆਵਾਜ਼ ਦੇਣ ਤੇ ਕੋਈ ਇੱਕ ਵੀ ਚੱਕ ਨਾ ਮੰਨੇ ਇਹ ਕਿੱਥੇ ਸਾਡੀ ਤਾਕਤ ਗਈ ਹੈ ਸਾਡੀ ਹੋਂਦ ਕਿੱਥੇ ਗਈ ਹੈ ਕਿ ਇਹਨਾਂ ਨੂੰ ਨਹੀਂ ਫਿਕਰ ਮੈਂ ਫੇਰ ਦੁਬਾਰਾ ਜਿਹੜੇ ਸਾਡੇ ਅੱਜ ਕੋਈ ਬੱਥੇ ਨਹੀਂ ਉਹ ਨਹੀਂ ਸੀ ਫਿਕਰ ਜੀ ਜੀ ਮੈਂ ਕਿਹਾ ਸਾਡੇ ਜ਼ਿਲ੍ਹੇ ਦੀ ਅੰਦਾਨ ਸ਼ਾਹੀ ਪ੍ਰਧਾਨੀ ਫੇਰ ਉਹੀ ਵਨਟ ਦੇ ਉੱਤੇ ਦਿਆ ਤਾਂ ਤੁਸੀਂ ਕਲੀਅਰ ਚਪਾਂਸ ਹੋ ਗਈ ਸਬੀਰ ਬਾਦਲ ਪ੍ਰਧਾਨ ਕੀ ਛੱਡਣ ਜਿਹੜਾ ਮਤਾ ਪਵਾਇਆ ਪਹਿਲਾਂ ਮੇਰੀ ਸੁਣ ਲਓ ਪੂਰੀ ਗੱਲ 15 ਦਿਨ ਪਹਿਲਾਂ ਅਸਤੀਫਾ ਦਿੱਤਾ ਤੇ ਇਹ ਕਹਿੰਦੇ ਸੀਗੇ ਕਿ ਪਾਰਟੀ ਦਾ ਪ੍ਰਧਾਨ ਰਿਜ਼ਾਈਨ ਕਰੇ ਤੇ ਇਹ ਅਸਤੀਫਾ ਦਿੱਤਾ ਅੱਜ ਉਹ ਜਦੋਂ ਅਸੀਂ ਕਿਹਾ ਕਿ ਤੁਸੀਂ ਚੋਣ ਲੜਨੀ ਹੈ ਉਹ ਕਹਿੰਦੇ ਜੀ ਮੈਂ ਤੇ ਅਸਤੀਫਾ ਦਿੱਤਾ ਹੋਇਆ ਅੱਜ ਜਾ ਕੇ ਉੱਥੇ ਬ ਸੋ ਮੇਰੀ ਬੇਨਤੀ ਹੈ ਜੀ ਮੈਂ ਕਿਸੇ ਨਾਲ ਲੜਾਈ ਨਹੀਂ ਕਰਨੀ ਸਾਡਾ ਆਪਣਾ ਮਿਸ਼ਨ ਇੱਕੋ ਹੀ ਹੈ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਿੱਦਾਂ ਕਰਨਾ ਪੰਥ ਜੀਵੇ ਮੈਂ ਮਰਾਂ ਇਹ ਸਾਡਾ ਇੱਕ ਬਹੁਤ ਵੱਡਾ ਨਾਰਾ ਹੋਏਗਾ ਮੈਂ ਉੱਜੜਾਂ ਪਾਵੇਂ ਮਰਾਂ ਪਰ ਪੰਥ ਜੜਾ ਉਪਲੰਦੀਚ ਜਾਵੇ ਸ਼੍ਰੋਮਣੀ ਅਕਾਲੀ ਦਲ ਤੱਕ ਦਾ ਹੋਵੇ ਸ਼੍ਰੋਮਣੀ ਕਾਲੀ ਮਜ਼ਬੂਤ ਚਲੋ ਮੇਰੇ ਕੋਲ ਸਮਾ ਸਮਾਖਮ ਹੋਰਿਆ ਮੈਂ ਇੱਕ ਛੋਟਾ ਜਿਹਾ ਰੈਐਕਸ਼ਨ ਹੈ ਨਾ ਬਲੀਵਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਸਕਤੇ ਧੰਨਵਾਦ ਕਰੇ ਸਾਡਾ ਇਸ ਅਵਾਜ਼ ਲੈ ਕੇ ਤੁਰੇ ਹੂੰ ਠੀਕ ਹੈ ਮੈਂ ਮੈਂ ਬੀਬੀ ਜੀ ਤੁਹਾਡੇ ਕੋਲ ਵਾਪਸ ਹੋ ਰਹੇ ਹਾਂ ਬਲੀਵਾਲ ਸਾਹਿਬ ਸਮਾਂ ਬਹੁਤ ਘੱਟ ਹੈ ਗੱਲ ਇਹ ਹੈ ਕਿ ਆਪਣਾ ਗੌਰਵ ਜੀ ਮੈਂ ਤਾਂ ਇੱਕ ਗੱਲ ਕਹਿਣੀ ਹੈ ਕਿ ਪਹਿਲਾਂ ਅਕਾਲੀ ਦਲ ਦੀ ਪਛਾਣ ਹੁੰਦੀ ਸੀ ਉਹਦੇ ਲੀਡਰਾਂ ਨਾਲ ਕਿ ਉਹਨੇ ਜੇਲਾਂ ਕਿੰਨੀਆਂ ਕਟੀਆਂ ਨੇ ਤੇ ਅੱਜ ਦੀ ਡੇਟ ਉਹ ਪਛਾਣ ਕੀ ਹੁੰਦੀ ਹੈ ਮੈਂ ਉਹ ਗੱਲਾ ਕਹਿਣੀ ਨਹੀਂ ਚਾਹਦਾ ਕਿਉਂਕਿ ਇਹਨਾਂ ਦਾ ਪਾਰਟੀ ਦਾ ਮੈਟਰ ਹੈਗਾ ਅਸੀਂ ਤਾਂ ਕਹਿੰਦੇ ਹਾਂ ਕਿ ਸਾਡਾ ਗਿਆ ਤੇ ਸਾਡੀ ਲੀਡਰਸ਼ਿਪ ਨੇ ਹੁਣ ਸਿੱਖ ਇਸ਼ੂਸ ਵੱਡੀ ਧਿਆਨ ਦੇਣਾ ਸ਼ੁਰੂ ਕਰਤਾ ਸਾਡੀਆਂ ਗੱਲਾਂ ਸੁਣਨੀਆਂ ਸ਼ੁਰੂ ਕਰਤੀਆਂ no doubt ਜਾਖੜ ਸਾਹਿਬ ਨੇ ਵੀ ਬੜੀ ਵਾਰ ਕਿਹਾ ਕਿ ਅਕਾਲੀ ਦਲ ਦਾ ਸਰਵਾਈਵਲ ਜ਼ਰੂਰੀ ਹੈ ਬਟ ਉਹ ਕੱਲ-ਕੱਲ ਗਿਆ ਕਿੱਥੇ ਉਹ ਅਕਾਲੀ ਦਲ ਨੂੰ ਲੱਭਦੇ ਆ ਹੁਣ ਮੈਂ ਗੱਲ ਕਰਾਂ ਕਿ ਤਿੰਨ ਵਾਰ ਸਰਕਾਰਾਂ ਬਣਾਲੀਆਂ ਅਕਾਲੀ ਦਲ ਨੇ ਧਰਮ ਦੇ ਨਾਂ ਦੇ ਉੱਤੇ ਤੇ ਭਾਈ ਕੌਂਕੇਲਾ ਇਸ਼ੂ ਰਹਾਏ ਤੱਕ ਰੁਲੀ ਜਾਂਦਾ ਉਹ ਕਿੰਨੂੰ ਯਾਦ ਆਉਣਾ ਸੀ ਫਿਰ ਇਹਨਾਂ ਦੇ ਸਵਾਲ ਅਸੀਂ ਪੁੱਛਦੇ ਆਂ ਫਿਰ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਲਾਅ ਐਂਡ ਆਰਡਰ ਬਾਕੀ ਚੀਜ਼ਾਂ ਦੇ ਉੱਪਰ 100 ਚਿੱਠੇ ਨੇ ਉਹ ਚੀਜ਼ਾਂ ਨੂੰ ਵਾਈਟ واਸ਼ ਕਰਦੇ ਨੇ ਬਟ ਅੱਜ ਜੇ ਉਹ ਗੱਲਾਂ ਉੱਠੀਆਂ ਨੇ ਨਾ ਉਹ ਸੱਚੀਆਂ ਗੱਲਾਂ ਨੇ ਪਰ ਦੋਵੇਂ ਟੜੇ ਮੈਂ ਦੋਹਾਂ ਨੂੰ ਕਹਿਣਾ ਹੈ ਕਿ ਦੋਨੋਂ ਇੱਕੋ ਹੱਲੇ ਉਹ ਇਕੱਠੇ ਰਹੇ ਨੇ ਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਬਟ ਅਸੀਂ ਅੱਜ ਵੀ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ ਠੀਕ ਆ ਪੁਰਾਣੀ ਪਾਰਟੀ ਐ ਰਹਾ ਜਾਂ ਮਜ਼ਾਕ ਨਹੀਂ ਉੱਡਣਾ ਚਾਹੀਦਾ ਕੁਰਸੀ ਨਾਲ ਨਹੀਂ ਜਿੰਬੜੇ ਰਹਿਣਾ ਚਾਹੀਦਾ ਦੇਖਦੇ ਦੇਖਦੇ ਮੈਨੂੰ ਕਾਟ ਇੱਕ ਛੋਟਾ ਜਿਹਾ ਰਿਐਕਸ਼ਨ ਮੈਂ ਪ੍ਰੋਫੈਸਰ ਸਾਹਿਬ ਦਾ ਵੀ ਚਾਹਣਾ ਮੈਂ ਕਲੇਡ ਜੀ ਤੁਹਾਡੇ ਕੋਲ ਆ ਰਿਹਾ ਪ੍ਰੋਫੈਸਰ ਸਾਹਿਬ ਹਾਂਜੀ ਨਹੀਂ ਮੇਰਾ ਤੇ ਇੰਨਾ ਹੀ ਕਹਿਣਾ ਹੈ ਕਿ ਦੇਖੋ ਇਹ ਇਹ ਜਿਹੜਾ ਨਾ ਅਲੱਗ ਜਦੋਂ ਮੀਟਿੰਗ ਕੀਤੀ ਆ ਬੀਬੀ ਜਗੀਰ ਕੌਰ ਹੁਣਾ ਨੇ ਜੇ ਇਹ ਕਹਿਣ ਕਿ ਅਸੀਂ ਦੇ ਕਾਲੀਦਲ ਮਜ਼ਬੂਤ ਹੋ ਗਏ ਬਿਲਕੁਲ ਨਹੀਂ ਇਹ ਇਹ ਤੇ ਦੇਖੋ ਆਪਾਂ ਕਿਹੜਾ ਵੀ ਤੁਸੀਂ ਪ੍ਰੋਫੈਸਰ ਸਾਹਿਬ ਮੀਟਿੰਗ ਤੇ ਬਹੁਤ ਸਵਾਲ ਚੁੱਕ ਰਹੇ ਹੋ ਲੋਕਤੰਤਰ ਹੈ ਨਾ ਲੋਕਤੰਤਰ ਰੱਖੀ ਕਰਾਉਣੇ ਮੀਟਿੰਗ ਕਰ ਲਈ ਕੀ ਹੋ ਗਿਆ ਓਹੋ ਹੋ ਇੰਡੀਵਿਜੂਅਲੀ ਮਿਲਣਾ ਇੱਕ ਗੱਲ ਹੋ ਰਿਹਾ ਇੱਕ ਮਿੰਟ ਇੱਕ ਮਿੰਟ ਗੌਰਵ ਜੀ ਇੰਡੀਵਿਜੂਅਲੀ ਮਿਲਣਾ ਕਿਸੇ ਨਾਲ ਸਲਾਮ ਮਸ਼ਵਰਾ ਕਰਨਾ ਗੱਲ ਹੋ ਰਿਹਾ ਮੀਟਿੰਗ ਕਰਕੇ ਬਿਆਨ ਦੇਣਾ ਔਰ ਇੱਕ ਤਰੀਕ ਦਾ ਮਾਰਚ ਕਰਨਾ ਜਾ ਕੇ ਉੱਥੇ ਅਪੀਲ ਕਰਨੀ ਇਹਦਾ ਮਤਲਬ ਤੇ ਤੁਸੀਂ ਇੱਕ ਬਾਗੀ ਸੁਰਾ ਹਾਂ ਤੇ ਸਾਫ ਨਜ਼ਰ ਆਉਂਦੀਆਂ ਹੋਰ ਕੀ ਬਾਗੀ ਸੁਰਾ ਹੁੰਦੀਆਂ ਬੰਦੇ ਇਕੱਠੇ ਕੀਤੇ ਗਏ ਆ ਹੋਰ ਪੋਲਿਟਿਕਸ ਕੀ ਹੁੰਦੀ ਹੈ ਇਸ ਲਈ ਐਸੀ ਚਾਹੁਣੇ ਆ ਕਿ ਜਿਸ ਤਰੀਕੇ ਨਾਲ ਸੁਖਜਿੰਦਰ ਰੰਧਾਵਾ ਹੁਣੀ ਕਹਿੰਦੇ ਆ ਕਿ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਆ ਜਾਖੜ ਸਾਹਿਬ ਕਹਿੰਦੇ ਆ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਅਸੀਂ ਕਹਿੰਦੇ ਆ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਪਰ ਅਕਾਲੀ ਦਲ ਨੂੰ ਵੀ ਤੇ ਚਿੰਤਾ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਤਕੜਾ ਹੋਣਾ ਚਾਹੀਦਾ ਜੇ ਉਹ ਅਲੱਗ-ਅਲੱਗ ਬੈਠਣਗੇ ਤੇ ਅਕਾਲੀ ਦਲ ਡੁੱਬੂਗਾ ਜੇ ਉਹ ਇਕੱਠੇ ਰਹਿਣਗੇ ਇਹ ਤੁਹਾਨੂੰ ਤੁਹਾਨੂੰ ਜ਼ਿਆਦਾ ਜ਼ਿਆਦਾ ਗਲਤੀ ਨਜ਼ਰ ਆਉਂਦੀ ਹੈ ਜਲੰਧਰ ਵਾਲਿਆਂ ਦੀ ਜਿਹੜੇ ਜਲੰਧਰ ਜਾ ਕੇ ਬੈਠੇ ਬਾਗੀ ਮੈਂ ਬਿਲਕੁਲ ਇਹ ਗੱਲ ਸਮਝਦਾ ਕਿ ਉਹਨਾਂ ਨੂੰ ਬਾਗੀ ਥੋੜਾ ਨਹੀਂ ਸੀ ਸਲੋਕਲੇਟਸ ਜੀ ਮੇਰੇ ਕੋ ਸਮਾਂ ਖਤਮ ਹੋ ਚੁੱਕਾ ਹੈ ਕਲੇਟਸ ਆ ਬਿਕ ਫਾਈਨਲ ਰਿਐਕਸ਼ਨ ਚਾਹੁੰਗਾ ਪਰ ਮੈਂ ਇੱਕ ਤਾਂ ਗੱਲ ਕਲੀਅਰ ਕਰ ਦਿਆਂ ਕਿ ਪਤਾ ਨਹੀਂ ਬਲਿਆਵਾਲਾ ਸਾਹਿਬ ਨੂੰ ਜਾਂ ਤਾਂ ਪਤਾ ਨਹੀਂ ਕੌਂਕੇ ਸਾਹਿਬ ਦਾ ਇਸ਼ੂ ਚੱਕ ਲਿਆ ਉਹਨਾਂ ਦਾ ਪਰਿਵਾਰ ਹੀ ਕਲੀਅਰ ਕਰ ਚੁੱਕਿਆ ਜਿਹੜਾ ਸੁਪਰੀਮ ਕੋਰਟ ਤੱਕ ਮਸਲਾ ਹੈ ਉਹ ਕਿਵੇਂ ਹੋਇਆ ਸੋ ਮੈਂ ਜਾਣਣਾ ਨਹੀਂ ਚਾਹੁੰਦਾ ਉਹਨਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੂਸਰੀ ਗੱਲ ਕਿਸੇ ਵੀ ਨੇਤਾ ਦੇ ਲਈ ਕਿਸੇ ਵੀ ਲੀਡਰ ਦੇ ਲਈ ਜਿਹੜਾ ਪਾਰਟੀ ਦਾ ਮੁੱਖ ਦਫ਼ਤਰ ਹੁੰਦਾ ਹੈ ਉਹੀ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਵੀ ਉਹਨੂੰ ਹੀ ਮੱਥਾ ਟੇਕਦਾ ਅੱਜ ਮੇਰਾ ਇਹੀ ਲੀਡਰਾਂ ਨੂੰ ਸਵਾਲ ਇਹਨਾਂ ਦੇ ਕੋਈ ਵੀ ਵਿਚਾਰ ਸੀ ਇਹਨਾਂ ਨੇ ਪਾਰਟੀ ਦੇ ਦਫ਼ਤਰ ਦੇ ਵਿੱਚ ਆ ਕੇ ਕਿਉਂ ਨਹੀਂ ਦਿੱਤੇ ਉੱਥੇ ਸਾਰਾ ਮੀਡੀਆ ਹਾਜ਼ਰ ਸੀ ਅਗਰ ਪਾਰਟੀ ਉੱਥੇ ਨਾ ਇਹਨਾਂ ਦੇ ਸੁਝਾਅ ਸੁਣਦੀ ਇਹ ਉੱਥੇ ਪ੍ਰੈਸ ਕਾਨਫਰੰਸ ਕਰ ਸਕਦੇ ਸੀ ਥੋੜਾ ਸਾਰਾ న్యూਸ 18 ਵੀ ਹੈ ਸਾਰਾ ਦਿਨ ਕਾਲੀ ਦਲ ਦੇ ਦਫ਼ਤਰ ਰਿਹਾ ਸੋ ਇਸ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜਿਹੜਾ ਬਹੁਮਤ ਹੈ ਉਹ ਬਹੁਮਤ ਇੱਕ ਪਾਸੇ ਹੈ ਉੱਥੇ ਜਾ ਕੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੋ ਇਹਨਾਂ ਦੇ ਜਿਹੜੇ ਆਪਣੇ ਨਿੱਜੀ ਵਿਚਾਰ ਸੀ ਇਹਨਾਂ ਨੇ ਜਲੰਧਰ ਇੱਕ ਪਲੇਟਫਾਰਮ ਚੁਣਿਆ ਉੱਥੇ ਜਾ ਕੇ ਇਹਨਾਂ ਨੇ মিডিਆ ਨੂੰ ਅਡਰੈਸ ਕੀਤਾ ਪਰ ਮੈਂ ਫੇਰ ਦੁਬਾਰਾ ਕਹਿਣਾ ਕਿ ਜਿਸ ਮਾਫੀ ਦੀ ਗੱਲ ਹੁੰਦੀ ਹੈ ਇਹ ਕਹਿੰਦੇ ਆਕਾਲ ਤਖਤ ਸਾਹਿਬ ਤੇ ਜਾਣਾ ਦੇਖੋ ਚਾਹੇ ਹੁਣ ਢੀਂਸਾ ਸਾਹਿਬ ਚਾਹੇ ਹੁਣ ਬੀਬੀ ਜੀ ਬੀਬੀ ਜੀ ਦੀ ਨਾਰਾਜ਼ਗੀ ਵੀ ਜਦੋਂ ਪ੍ਰਧਾਨ ਸਾਹਿਬ ਨੇ ਆਕਾਲ ਤਖਤ ਦੇ ਸੰਮੁਖ ਅਰਦਾਸ ਕੀਤੀ ਸੀ ਉਸ ਤੋਂ ਬਾਅਦ ਹੀ ਨਾਰਾਜ਼ਗੀ ਦੂਰ ਹੋਈ ਇਹਨਾਂ ਨੇ ਉਦੋਂ ਹੀ ਵਾਪਸੀ ਕੀਤੀ ਸੀ ਇਹ ਉਦੋਂ ਵੀ ਕਹਿ ਸਕਦੇ ਸੀ ਕਿ ਭਾਈ ਨਾ ਮੈਂ ਨਹੀਂ ਇਸ ਗੱਲ ਨੂੰ ਮੰਨਦੀ ਢੀਂਡ ਸਾਹਿਬ ਨੇ ਵੀ ਉਸ ਤੋਂ ਬਾਅਦ ਵਾਪਸੀ ਕੀਤੀ ਸੋ ਅੱਜ ਆਪਾਂ ਦੁਬਾਰਾ ਉਹ ਗੱਲਾਂ ਤੇ ਕਿੰਤੂ ਪਰੰਤੂ ਕਰੀਏ ਇਹ ਤਾਂ ਹੀ ਅਸੀਂ ਕਹਿੰਦੇ ਆ ਕਿ ਤੁਹਾਡਾ ਤੁਹਾਡਾ ਕੋਈ ਹੋਰ ਨਹੀਂ ਇਹ ਸਿਰਫ ਤੇ ਸਿਰਫ ਅੱਜ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਹੈ ਜਿਹੜੀ ਕਿ ਇਸ ਕੱਦ ਦੇ ਲੀਡਰਾਂ ਨੂੰ ਸੋਭਾ ਨਹੀਂ ਦਿੰਦੇ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਕਾਲੀ ਦਲ ਇੱਕ ਬਹੁਤ ਵੱਡੀ ਪਾਰਟੀ ਲਾਜ਼ਮੀ ਤੌਰ ਤੇ ਪੰਜਾਬ ਦੀ ਖੇਤਰੀ ਪਾਰਟੀ ਜਿਸ ਦਾ ਲਗਾਤਾਰ ਜ਼ਿਕਰ ਹੁੰਦਾ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਅਕਾਲੀ ਦਲ ਦਾ ਜ਼ਿਕਰ ਹੁੰਦਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਆਗੂ ਨਾਲ ਗੱਲ ਕਰ ਲਓ ਕਿਸੇ ਵੀ ਪਾਰਟੀ ਜਾਂ ਵਿਚਾਰਧਾਰਾ ਨੂੰ ਹੋ ਫਾਲੋ ਕਰਦੇ ਹੋਣ ਉਹ ਕਹਿੰਦੇ ਨੇ ਕਿ ਹਾਂ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਪਰ ਅੱਜ ਚਰਚ ਅਕਾਲੀ ਦਲ ਦੀਆਂ ਮੀਟਿੰਗਸ ਦੇ ਅੰਦਰ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਕਿਸੇ ਨੇ ਨਹੀਂ ਚੁੱਕਿਆ ਕਿ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਕੀ ਹਿੰਮਤ ਕਿਸੇ ਦੀ ਨਹੀਂ ਹੋਈ ਕਦੇ ਕਿ ਉੱਠ ਕੇ ਕਿਹਾ ਹੋਵੇ ਕਿ ਨਹੀਂ ਜੀ ਤੁਸੀਂ ਪ੍ਰਧਾਨਗੀ ਤੋਂ ਅਤੀਫਾ ਦਿਓ ਹੁਣ ਜੇਕਰ ਹੋਈ ਹੈ ਤਾਂ ਫਿਰ ਉਹ ਖੁੱਲ ਕੇ ਮੀਡੀਆ 'ਚ ਕਿਉਂ ਨਹੀਂ ਆਈ ਬਾਹਰ ਕਿਉਂ ਨਹੀਂ ਆਈ ਵਰਕਰਾਂ ਤੱਕ ਗੱਲ ਕਿਉਂ ਨਹੀਂ ਪਹੁੰਚੀ ਕਿ ਅੰਦਰ ਇਸ ਤਰੀਕੇ ਨਾਲ ਅੱਗ ਸੁਲਗ ਰਹੀ ਸੀ ਕਿ ਹੌਲੀ-ਹੌਲੀ ਕਰਦੇ-ਕਰਦੇ ਹੁਣ ਭਾਂਬੜ ਬਣ ਗਿਆ ਇਆ ਫੇਰੇ ਮੌਕਾ ਪ੍ਰਸਤਿ ਹੈ ਕਿ ਇਸ ਦੀ ਸਕ੍ਰਿਪਟ ਕੋਈ ਹੋਰ ਲਿਖ ਰਿਹਾ ਹੈ ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪੂਰੀ ਇਸ ਬਗਾਵਤ ਦੀ ਰੂਪਰੇਖਾ ਬਣਦੀ ਕੀ ਹੈ ਪ੍ਰਾਈਮ ਟਾਈਮ ਚਾਟ ਜ ਦੇ ਲਈ ਹਨ ਧੰਨ